ਦੋਸਤੋ ਦੇਸ਼ ਦੁਨੀਆ ਦੀਆਂ ਇਸ ਹਫਤੇ ਦੀਆਂ ਗਤੀਵਿਧੀਆਂ ਤੇ ਚਰਚਾ ਲੈ ਕੇ ਤੁਹਾਡੇ ਰੂਬਰੂ ਹਾਂ ਤੇ ਚਰਚਾ ਕਰਨ ਵਾਸਤੇ ਸਟੂਡੀਓ ਦੇ ਵਿੱਚ ਮੌਜੂਦ ਨੇ ਸ਼੍ਰੀ ਜਤਿੰਦਰ ਪੰਨੂ ਜੀ ਜਿਹੜੇ ਚਲੰਤ ਮਾਮਲਿਆਂ ਦੇ ਮਾਹਰ ਨੇ ਤੇ ਸੀਨੀਅਰ ਪੱਤਰਕਾਰ ਨੇ ਪੰਨੂ ਸਾਹਿਬ ਸਟੂਡੀਓ ਵਿੱਚ ਤੁਹਾਡਾ ਸਵਾਗਤ ਆ ਦੋਸਤੋ ਗੱਲ ਕਰਾਂਗੇ ਕੌਮੀ ਤੇ ਕ ਮੰਤਰੀ ਗਤੀਵਿਧੀਆਂ ਦੀ ਉਸ ਤੋਂ ਬਾਅਦ ਪੰਜਾਬ ਦੇ ਉੱਪਰ ਆਵਾਂਗੇ ਇਹ ਦੇਖਾਂਗੇ ਕਿ ਭਾਰਤ ਚੀਨ ਸੀਮਾ ਵਿਵਾਦ ਜਿਹੜਾ ਹੈ ਉਹ ਕਿਸ ਪੜਾ ਤੇ ਖੜਾ ਹੈਗਾ कोरोना वायरस दी देश ਤੇ ਦੁਨੀਆ ਦੇ ਵਿੱਚ ਤਾਜ਼ਾ ਸਥਿਤੀ ਕੀ ਹੈ ਭਾਰਤ ਤੇ ਪੰਜਾਬ ਵਿੱਚ ਕੀ ਸਥਿਤੀ ਹੈ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਦੇ ਵਿੱਚ ਤੇਜ਼ੀ ਆਈ ਹੈ ਢੀਂਸਾ ਸਾਹਿਬ ਨੇ ਇੱਕ ਨਵਾਂ ਅਕਾਲੀ ਦਲ ਬਣਾਇਆ ਹੈ ਇਹ ਗੱਲ ਵੀ ਕਰਾਂਗੇ ਤੇ ਇਸ ਤੋਂ ਇਲਾਵਾ ਕੁਝ ਖਬਰਾਂ ਅਸੀਂ ਹੋਰ ਲਵਾਂਗੇ ਲੇਕਿਨ ਸਭ ਤੋਂ ਪਹਿਲਾਂ ਜਿਹੜੀ ਖਬਰ ਜਿਹੜੀ ਗੱਲ ਅਸੀਂ ਕਰਨ ਜਾ ਰਹੇ ਆ ਉਹ ਅੱਜ ਵਿਸ਼ਵ ਜਨ ਸੰਖਿਆ ਦਿਵਸ ਹੈਗਾ 11 ਜੁਲਾਈ ਨੂੰ ਇਹ ਦਿਵਸ ਮਨਾਇਆ ਜਾਂਦਾ ਲੰਮੇ ਸਮੇਂ ਤੋਂ ਮਨਾਇਆ ਜਾ ਰਿਹਾ ਪੰਨੂ ਸਾਹਿਬ ਪੌਣੇ 8 ਅਰਬ ਦੁਨੀਆ ਦੀ ਆਬਾਦੀ ਹੋ ਗਈ ਹੈ ਔਰ ਕਹਿੰਦੇ ਨੇ ਕਿ 10 ਅਰਬ ਹੋਣ ਨੂੰ ਬਹੁਤਾ ਸਮਾਂ ਹੋਰ ਨਹੀਂ ਲੱਗਣਾ ਤੇ ਸਾਨੂੰ ਇਹ ਵੀ ਪਤਾ ਹੈ ਕਿ ਜਿਹੜੀ ਭਾਰਤ ਦੀ ਜਨਸੰਖਿਆ ਹੈਗੀ ਆ ਉਹ 1 ਅਰਬ 38 ਕਰੋੜ ਤੋਂ ਟੱਪ ਚੁੱਕੀ ਹੈਗੀ ਆ। ਤੋਂ ਇੱਕ ਗੱਲ ਜਿਹੜੀ ਚੰਗੀ ਨਜ਼ਰ ਆਂਦੀ ਆ ਉਹ ਹੈਗੀ ਆ ਕਿ ਆ ਵਿਸ਼ਵ ਪੱਧਰ ਤੇ ਮਰਦ ਤੇ ਔਰਤ ਦੀ ਅਨਪਾਤ ਜਿਹੜੀ ਹੈ ਉਹਦੇ 'ਚ ਕਾਫੀ ਸਿਹਾਰ ਦੇਖਣ ਨੂੰ ਮਿਲਿਆ ਭਾਰਤ ਵਿੱਚ ਵੀ ਇਥੋਂ ਤੱਕ ਕਿ ਪੰਜਾਬ ਵਿੱਚ ਵੀ ਪੰਜਾਬ ਦੇ ਕੁਝ ਖਾਸ ਜ਼ਿਲ੍ਹਿਆਂ ਦੇ ਵਿੱਚ ਤੋਂ ਪੰਨ ਸਾਹਿਬ ਅੱਜ ਵਿਸ਼ਵ ਜਨਸੰਖਿਆ ਦਿਵਸ ਦੇ ਉੱਪਰ ਕੀ ਕਰਨਾ ਚਾਹੋਗੇ ਪ੍ਰੋਫੈਸਰ ਸਾਹਿਬ ਅੱਜ 11 ਜੁਲਾਈ ਹੈ ਇਹ 11 ਜੁਲਾਈ 1987 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਜੇ ਮੈਂ ਭੁੱਲਦਾ ਨਹੀਂ ਤੇ ਉਦੋਂ ਦੁਨੀਆ ਦੀ ਆਬਾਦੀ 500 ਕਰੋੜ ਹੋਈ ਸੀ ਜਿਹੜੀ ਵੱਧ 600 ਕਰੋੜ ਟੱਪੀ 700 ਕਰੋੜ ਟੱਪੀ ਐਸ ਵੇਲੇ ਕੁੱਲ ਆਬਾਦੀ ਅੰਦਾਜ਼ਾ ਹੈ ਕਿ 780 ਕਰੋੜ ਹੋ ਸਕਦੀ ਹੈ ਜੀ ਇਹ ਅੰਦਾਜ਼ਾ ਇਸ ਕਰਕੇ ਹੈ ਤੇ ਸਹੀ ਸਹੀ ਗਿਣਤੀ ਤਾਂ ਨਹੀਂ ਦੱਸ ਸਕਦੇ ਕਿ ਆਬਾਦੀ ਗਿਣਨ ਦਾ ਕੰਮ 1981 1991 2001 2011 ਤੇ ਹੁਣ 2021 'ਚ ਹੋਣਾ ਪਤਾ ਨਹੀਂ ਕੋਰੋਨਾ ਵਾਇਰਸ ਨੇ ਹੋਣ ਦੇਣਾ ਕਿ ਨਹੀਂ ਹੋਣ ਦੇਣਾ ਉਦੋਂ ਤੱਕ ਕੀ ਹਾਲਾਤ ਹੋਣਗੇ ਇਸ ਕਰਕੇ ਅੰਦਾਜ਼ੇ ਨੇ ਕਿ 780 ਕਰੋੜ ਦੁਨੀਆ 'ਚ ਹੈ ਉਹਦੇ ਚੋਂ 138 ਕਰੋੜ ਕੁਝ ਲੋਕਾਂ ਦੀ 140 ਕਰੋੜ ਸਾਡੇ ਭਾਰਤ ਵਿੱਚ ਨੇ ਸਭ ਤੋਂ ਵੱਧ ਆਬਾਦੀ ਦੋ ਦੇਸ਼ਾਂ ਵਿੱਚ ਹੈ ਇੱਕ ਚੀਨ ਵਿੱਚ ਜਿੱਥੇ ਦੁਨੀਆ ਦੀ ਆਬਾਦੀ ਦਾ 18% ਦੀ ਇਕੱਲੇ ਇੱਕੋ ਦੇਸ਼ 'ਚ ਤੇ ਦੂਸਰੇ ਅਸੀਂ ਹਾਂ ਜਿੱਥੇ ਦੁਨੀਆ ਦੀ ਆਬਾਦੀ ਦਾ 18% ਦੀ ਇੱਕੋ ਦੇਸ਼ 'ਚ 17.9 ਹੈ ਇਹ ਦਾ ਮਤਲਬ 18 ਹੀ ਬਣ ਗਿਆ ਇਹ ਦੋ ਦੇਸ਼ ਰੜਾਤੇ ਜਾਣ ਤੇ ਇਹ 36.5% ਆਬਾਦੀ ਇਨ੍ਹਾਂ ਦੋਵਾਂ ਦੇ ਕੋਲ ਆ ਜਾਂਦੀ ਹੈ ਜਾਨੀ ਤੀਜੇ ਹਿੱਸੇ ਤੋਂ ਵੀ ਵੱਧ ਆਬਾਦੀ ਅਸੀਂ ਸਿਰਫ ਦੋ ਦੇਸ਼ ਲਈ ਬਿਠੇ ਆ ਬਹੁਤ ਸੰਗਣੀ ਆਬਾਦੀ ਹੈ ਇੱਥੇ ਹਾਲਾਤ ਸੁਭਾਲਨੇ ਪੈਣਗੇ ਤੁਸੀਂ ਠੀਕ ਆਖਿਆ ਕਿ ਔਰਤ ਮਰਦ ਦਾ ਫਰਕ ਪਹਿਲਾਂ ਨਾਲੋਂ ਘਟਿਆ ਹੁਣ ਔਰਤਾਂ ਦੀ ਗਿਣਤੀ ਵੀ ਵਧੀ ਹੈ ਉਹਨਾਂ ਵੱਲ ਨਜ਼ਰੀਆ ਵੀ ਬਦਲਿਆ ਪਹਿਲਾਂ ਜਿਹੜਾ ਧੀਆ ਮਾਰਨ ਦਾ ਕੰਮ ਹੁੰਦਾ ਸੀ ਪਹਿਲਾਂ ਨਾਲੋਂ ਕੁਝ ਘਟਿਆ ਜੀ ਇਹ ਤਨੀ ਕਿ ਬੰਦ ਹੋ ਗਿਆ ਪਰ ਘਟਿਆ ਪਰ ਵੱਡੀ ਗੱਲ ਇਹ ਹੈ ਕਿ ਆਬਾਦੀ ਲਗਾਤਾਰ ਵਧੀ ਜਾਂਦੀ ਹੈ ਤੇ ਵੱਧਦੀ ਆਬਾਦੀ ਨਾਲ ਸਮੱਸਿਆਵਾਂ ਵੀ ਵਧੀ ਜਾਂਦੀਆਂ ਮੁੜ ਮੁੜ ਜ਼ੋਰ ਲਾਇਆ ਜਾਂਦਾ ਕਿ ਲੋਕਾਂ ਨੂੰ ਸਮਝਾਇਆ ਜਾਂਦਾ ਕਿ ਆਬਾਦੀ ਕੰਟਰੋਲ ਕਰੋ ਅਜੇ ਕੰਟਰੋਲ ਕਰਨ ਵਾਲੀ ਗੱਲ ਉਹ ਬਣਦੀ ਨਹੀਂ ਇਹਦੇ ਲਈ ਦੁਨੀਆ ਸਾਰੀ ਨੂੰ ਮਿਲ ਕੇ ਇੱਕ ਵਾਰੀ ਫਿਰ ਸੋਚਣਾ ਪਵੇਗਾ ਜੀ ਤੁਸੀਂ ਬਿਲਕੁਲ ਠੀਕ ਹੈ ਜੀ ਔਰ ਗੱਲ ਕਰਦੇ ਹਾਂ ਕੋਰੋਨਾ ਵਾਇਰਸ ਦੀ ਦੇਸ਼ ਤੇ ਦੁਨੀਆ ਦੇ ਵਿੱਚ ਇਸ ਦੀ ਤਾਜ਼ਾ ਸਥਿਤੀ ਕੀ ਹੈਗੀ ਆ ਸਾਡੇ ਭਾਰਤ ਵਿੱਚ ਔਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਇਸ ਨੂੰ ਲੈ ਕੇ ਬਣੇ ਹੋਏ ਨੇ ਆਪਣਾ ਪੰਨੂ ਸਾਹਿਬ ਕੁਝ ਗੱਲਾਂ ਜਿਹੜੀਆਂ ਨੇ ਉਹ ਨਵੀਆਂ ਇਹਦੇ ਟਸ਼ਾਮਲ ਹੁੰਦੀਆਂ ਪਈਆਂ ਨੇ ਕਹਿੰਦੇ 200 ਦੇ ਕਰੀਬ ਦੁਨੀਆ ਦੇ ਜਿਹੜੇ ਵਿਗਿਆਨੀ ਨੇ ਉਹਨਾਂ ਨੇ ਇੱਕ ਪੱਤਰ ਲਿਖਿਆ WHO ਨੂੰ ਕਿ ਇਹ ਹਵਾ ਦੇ ਵਿੱਚੋਂ ਵੀ ਇਹ ਅੱਗੇ ਜਾ ਸਕਦਾ ਹੈਗਾ ਕੁਝ ਐਦਾਂ ਦੀਆਂ ਹੋਰ ਗੱਲਾਂ ਵੀ ਨੇ ਵੈਕਸੀਨ ਹੈਗੀ ਆ ਜਿਹੜੀ ਭਾਰਤ ਵੱਲੋਂ ਪ੍ਰਯੋਗ ਕੀਤਾ ਜਾ ਰਿਹਾ ਹੈਗਾ ਤੋ ਕੀ ਕਹਿਣਾ ਚਾਹੂੰਗਾ ਤਾਜ਼ਾ ਸਥਿਤੀ ਤੇ ਤੁਸਰ ਠੀਕ ਆਖਿਆ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਸਾਇੰਟਿਸਟ ਜਿਹੜੇ ਬੈਠੇ ਨੇ ਜੀ ਆਪਸ ਵਿੱਚ ਮਿਲਦੇ ਨਹੀਂ ਪਰ ਇੰਟਰਨੈਟ ਦੇ ਉੱਤੇ ਇੱਕ ਦੂਸਰੇ ਨਾਲ ਲਗਾਤਾਰ ਤਾਲਮੇਲ ਹੁੰਦਾ ਕੋਈ ਕਿਸੇ ਦੇਸ਼ 'ਚੋਂ ਕੋਈ ਕਿਸੇ ਦੇਸ਼ 'ਚੋਂ ਕੁੱਲ ਮਿਲਾ ਕੇ 239 ਸਾਇੰਸਦਾਨਾਂ ਨੇ ਜੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਚਿੱਠੀ ਲਿਖੀ ਕਿ ਤੁਹਾਡੀਆਂ ਗਿਣਤੀਆਂ ਮਿਲਦੀਆਂ ਠੀਕ ਨਹੀਂ ਤੁਸੀਂ ਕਹਿੰਦੇ ਆ ਕਿ 6 ਫੁੱਟ ਦਾ ਫਾਸਲਾ ਬਹੁਤ ਹੈ ਪਰ ਅਸਲ ਵਿੱਚ ਵਾਇਰਸ ਜਿਹੜਾ ਇਹ ਖੁੱਲੀ ਹਵਾ ਚ ਵੀ ਫੈਲ ਜਾਂਦਾ ਬੱਸ ਵਿੱਚ ਸਵਾਰੀਆਂ ਚੜ੍ਹਨ ਤੇ ਕਿਉਂਕਿ ਚਾਰਚ ਫਿਰੋ ਬੰਦ ਹੈ ਜੇ ਇੱਕ ਨਵੀਂ ਸਮੱਸਿਆ ਹੋਈ ਤੇ ਉਹ ਵਾਇਰਸ ਪਿਛਲੀ ਸੀਟ ਤੋਂ ਡਰਾਈਵਰ ਤੱਕ ਤੇ ਡਰਾਈਵਰ ਤੋਂ ਪਿਛਲੀ ਸੀਟ ਤੱਕ ਹੁਣ ਡਰਾਈਵਰ ਦੇ ਪਿੱਛੇ ਦਾ ਸ਼ੀਲਡ ਲੱਗਣ ਲੱਗ ਪਈ ਹੈ ਉਹ ਸਾਰੀ ਬੱਸ ਵਿੱਚ ਵੀ ਘੁੰਮ ਸਕਦਾ ਸਾਰੀ ਰੇਲ ਗੱਡੀ ਦੇ ਡੱਬੇ ਚ ਵੀ ਘੁੰਮ ਸਕਦਾ ਉਹਨਾਂ 239 ਦੇ ਕਹਿਣ ਤੋਂ ਬਾਅਦ WHO ਨੇ ਵੀ ਇਹ ਮੰਨਿਆ ਕਿ 6 ਫੁੱਟ ਵਾਲੀ ਗੱਲ ਨਹੀਂ ਹੁਣ ਇਹ ਖੁੱਲੇ ਤੌਰ ਤੇ ਹਵਾ ਚ ਵੀ ਫੈਲਣ ਲੱਗ ਪਿਆ ਹੋ ਸਕਦਾ ਪਹਿਲਾਂ ਵੀ ਫੈਲਦਾ ਹੋਵੇ ਪਰ ਪਹਿਲਾਂ ਪਤਾ ਨਹੀਂ ਸੀ ਹੁਣ ਉਹਨਾਂ ਨੇ ਮੰਨ ਲਿਆ ਨਹੀਂ ਪਰ ਇਹਦੇ ਚ ਇੱਕ ਗੱਲ ਬੜੀ ਪਰਮਾਨਿਤ ਹੈਗੀ ਆ ਕਿ ਜਦੋਂ ਕੋਈ ਵੀ ਵਿਅਕਤੀ ਖੰਗ ਦਾ ਹੈਗਾ ਜਾਂ ਛਿੱਕਦਾ ਹੈਗਾ ਤਾਂ ਇਹ 25 ਫੁੱਟ ਤੱਕ ਉਹ ਜਿਹੜੇ ਨੇ ਉਹ ਜਾਂਦੇ ਨੇ ਇਹ ਖੰਗ ਛਿੱਕਦੇ ਤੇ ਹੁਣ ਉਹਨਾਂ ਨੇ ਗੱਲ ਹੀ ਛੱਡ ਦਿੱਤੀ ਹੈ ਜੀ ਉਹ ਕਹਿੰਦੇ ਆਮ ਗੱਲਬਾਤ ਦੇ ਵਿੱਚ ਵੀ ਕਈ ਵਾਰੀ ਕੁਝ ਲੋਕੀ ਬੋਲਦੇ ਆ ਤੇ ਉਹਨਾਂ ਦੇ ਮੂੰਹ ਚੋਂ ਇੱਕ ਕਾਫੀ ਡਿੱਗ ਜਾਂਦਾ ਜਦੋਂ ਵੀ ਕੋਈ ਲਿਕਵਿਡ ਕੋ ਥੋੜਾ ਜਿਹਾ ਵੈਟ ਕੋਈ ਚੀਜ਼ ਮੂੰਹ ਚੋਂ ਡਿੱਗਦੀ ਹੈ ਉਹਦੇ ਨਾਲ ਵਾਇਰਸ ਫੈਲਦਾ ਇਸੇ ਕਰਕੇ ਸਾਰਿਆਂ ਨੂੰ ਆਖਿਆ ਜਾਂਦਾ ਮਾਸਕ ਬੰਨ ਕੇ ਰੱਖੋ ਇਹ ਜ਼ਰੂਰੀ ਹੈ ਸਾਡੇ ਵਰਗੇ ਲੋਕਾਂ ਨੂੰ ਪ੍ਰੋਗਰਾਮ ਦੇ ਵਕਤ ਤੇ ਲਾਉਣਾ ਪੈਂਦਾ ਉਦਾਂ ਸਾਡੇ ਇੱਥੇ ਦੂਰਦਰਸ਼ਨ ਸਟੂਡੀਓ ਵਿੱਚ ਵੀ ਹਰ ਕਿਸੇ ਨੇ ਉਹ ਮਾਸਕ ਪਹਿਨਿਆ ਹੋਇਆ ਅੱਛਾ ਇਹ ਜ਼ਰੂਰੀ ਗੱਲਾਂ ਆਪਣੀ ਥਾਂ ਤੇ ਨੇ ਵੈਕਸੀਨ ਅਜੇ ਤੱਕ ਬਿਲਕੁਲ ਨਹੀਂ ਬਣੀ ਬਾਬਾ RAMDEV ਨੇ ਇੱਕ ਦਿਨ ਐਵੇਂ ਐਲਾਨ ਕਰਤਾ ਸੀ ਬਾਅਦ ਵਿੱਚ ਉਹ ਐਲਾਨ ਝੂਠਾ ਸਾਬਤ ਹੋਇਆ ਨਾ ਭਾਵੇਂ ਉਹਦਾ ਕਰੋਨਲ ਰੱਖਿਆ ਕਰੋਨਾ ਤੋਂ ਕਰੋਨਲ ਬਣ आती है ਪਰ ਹੁਣ ਉਹ ਕਹਿੰਦੇ ਆ ਕਿ ਇਹ ਸਿਰਫ ਇਮਿਊਨਿਟੀ ਵਧਾਉਣ ਵਾਲੀ ਦਵਾਈ ਆ ਕਰੋਨਾ ਦੀ ਵੈਕਸੀਨ ਨਹੀਂ ਗੀ ਸਾਡੀ ਇੰਡੀਅਨ ਕਾਉਂਸਲ ਮੈਡੀਕਲ ਰਿਸਰਚ ਨੇ ਆਖਿਆ ਸੀ ਕਿ ਅਸੀਂ ਦਵਾਈ ਬਿਲਕੁਲ ਵੈਕਸੀਨ ਨੇੜੇ ਪਹੁੰਚ ਗਏ ਹਿਊਮਨ ਟ੍ਰਾਇਲ ਰਹਿ ਗਿਆ ਤੇ 15 ਅਗਸਤ ਨੂੰ ਅਸੀਂ ਉਹ ਜਾਰੀ ਕਰ ਸਕਦੇ ਹਾਂ ਬਾਅਦ ਵਿੱਚ ਆਖਿਆ ਨਹੀਂ ਹੋ ਸਕਦੀ ਤੇ ਹੁਣ ਭਾਰਤ ਦੇ ਸਾਇੰਸਦਾਨ ਵੀ ਇਹ ਕਹਿੰਦੇ ਆ ਕਿ ਸ਼ਾਇਦ 2021 ਤੱਕ ਵੇਟ ਕਰਨੀ ਪਵੇ ਦਵਾਈ ਉਹ ਜੇ ਬਣਦੀ ਨਹੀਂ ਪਈ ਬਿਮਾਰੀ ਵੱਧਦੀ ਜਾ ਰਹੀ ਹੈ ਇਸ ਵੇਲੇ ਤੱਕ ਮੈਂ ਅੱਜ ਹੀ ਪ੍ਰੋਗਰਾਮ ਤੋਂ ਪਹਿਲਾਂ ਵੇਖਦਾ ਪਿਆ ਸੀ ਜੀ ਦੁਨੀਆ ਭਰ ਦੇ ਵਿੱਚ 1 ਕਰੋੜ 26 ਲੱਖ 58 ਹਜ਼ਾਰ ਕੇਸ ਹੋ ਚੁੱਕੇ ਨੇ ਤੇ ਮੌਤਾਂ ਦੀ ਗਿਣਤੀ 5 ਲੱਖ 63 ਹਜ਼ਾਰ ਤੋਂ ਟੱਪ ਗਈ ਹੈ ਦੁਨੀਆ ਦੀ ਸੁਪਰ ਪਾਵਰ ਅਮਰੀਕਾ ਦੇ ਵਿੱਚ ਇਸ ਵੇਲੇ ਤੱਕ 1 ਲੱਖ 36 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਔਰ ਜਿਹੜੀ ਹੈਰਾਨੀ ਵਾਲੀ ਗੱਲ ਇਹ ਆ ਕਿ ਕੱਲ ਇੱਕੋ ਦਿਨ ਦੇ ਵਿੱਚ ਰਿਕਾਰਡ 70 ਹਜ਼ਾਰ ਕੇਸ ਕੁਝ 70 ਕਹਿੰਦਾ ਕੁਝ 60 ਤੋਂ ਥੋੜੇ ਉੱਪਰ ਕਹਿੰਦਾ ਕੁਝ 70 ਤੋਂ ਦੋ ਘੱਟ ਕਹਿੰਦਾ ਪਤਾ ਨਹੀਂ ਗਣਤੀਆਂ ਮੰਤੀਆਂ ਵਿੱਚ ਫਰਕ ਕਿਉਂ ਪਰ ਇਹ ਆ ਕੇ ਕੱਲ ਰਿਕਾਰਡ ਇੰਨੇ ਕੇਸ ਆਏ ਜਿਨ੍ਹਾਂ ਨੇ ਅਜੇ ਤੱਕ ਅਮਰੀਕਾ 'ਚ ਆਏ ਨਹੀਂ ਜੀ ਦੂਸਰਾ ਦੇਸ਼ ਬ੍ਰਾਜ਼ੀਲ ਹੈ ਜਿੱਦੇ ਵਿੱਚ ਕੇਸਾਂ ਦੀ ਗਿਣਤੀ ਵੀ ਬਹੁਤ ਹੈ ਤੇ ਮੌਤਾਂ ਵੀ 70000 ਤੋਂ ਵੱਧ ਹੋ ਚੁੱਕੀਆਂ ਕੇਸਾਂ ਦੀ ਗਿਣਤੀ ਪੱਖੋਂ ਤੀਸਰਾ ਦੇਸ਼ ਸਾਡਾ ਭਾਰਤ ਹੈ ਜਿੱਥੇ ਹੁਣ ਤੱਕ 8.5 ਲੱਖ ਕੇਸ ਜਿਹੜੇ ਆ ਉਹ ਹੋ ਚੁੱਕੇ ਨੇ ਤੇ ਮੌਤਾਂ ਦੀ ਗਿਣਤੀ 22000 ਤੋਂ ਟੱਪ ਚੁੱਕੀ ਹੈ ਅਸੀਂ ਇਹਨਾਂ ਨੂੰ ਵੇਖਦੇ ਹਾਂ ਰਸ਼ੀਆ ਸੜ ਤੋਂ ਅੱਗੇ ਹੁੰਦਾ ਸੀ ਪਿਛਲੇ ਐਤਵਾਰ ਅਸੀਂ ਰੂਸ ਤੋਂ ਅੱਗੇ ਲੰਗੇ ਹਾਂ ਰੂਸ ਦੇ ਵਿੱਚ ਕੇਸ ਹੁਣ ਘਟਿਆ ਤੇ ਅਸੀਂ ਉਸ ਤੋਂ ਅੱਗੇ ਲੰਗੇ ਪਰ ਇਹਨਾਂ 5 ਦਿਨਾਂ ਦੇ ਅੰਦਰ ਅੰਦਰ 60000 ਦਾ ਫਰਕ ਅਸੀਂ ਰੂਸ ਨਾਲੋਂ ਪਾ ਗਏ ਹਾਂ ਕਿੰਨੀ ਤੇਜ਼ੀ ਨਾਲ ਸਾਡੇ ਕੇਸ ਵਧ ਰਹੇ ਨੇ ਇਹਦਾ ਕਰਕੇ ਭਾਰਤ ਸਰਕਾਰ ਨੂੰ ਭਾਰਤ ਦੇ ਲੋਕਾਂ ਨੂੰ ਭਾਰਤ ਦੇ ਡਾਕਟਰਾਂ ਨੂੰ ਸੈਸਤਾਨਾਂ ਨੂੰ ਸਾਰਿਆਂ ਨੂੰ ਸਿਰ ਜੋੜ ਕੇ ਸੋਚਣਾ ਪਵੇਗਾ ਕਿ ਇਹਨਾਂ ਨੂੰ ਕਿੱਦਾਂ ਰੋਕਿਆ ਜਾ ਸਕੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਮੈਕਸੀਕੋ 'ਚ ਪਹਿਲਾਂ ਸਮੱਸਿਆ ਨਹੀਂ ਸੀ ਫਿਰ ਉੱਠੀ ਤੇ ਹੌਲੀ-ਹੌਲੀ ਚੜਦਾ ਚੜਦਾ ਉਹ ਮੌਤਾਂ ਦੇ ਪੱਖ ਤੋਂ ਹੁਣ ਉੱਥੇ ਜਿਹੜੀਆਂ ਮੌਤਾਂ ਨੇ 34000 ਤੋਂ ਵੱਧ ਗਈਆਂ ਨੇ ਇਟਲੀ 'ਚ ਠੱਲ ਪੈ ਚੁੱਕੀ ਆ ਬਰਤਾਨੀਆ 'ਚ ਠੱਲ ਪੈ ਚੁੱਕੀ ਆ ਫਰਾਂਸ ਵਿੱਚ ਇਹਨਾਂ ਸਭ ਤਾਂ ਤੇ ਪਰ ਦੂਸਰਾ ਉਬਾਲਾ ਆਉਣ ਦਾ ਡਰ ਆ ਉਹ ਕਿਸੇ ਵਕਤ ਵੀ ਆ ਸਕਦਾ ਉਦੋਂ ਵੀ ਵੱਧ ਦੁੱਖ ਵਾਲੀ ਗੱਲ ਏ ਪੇਰੂ ਛੋਟਾ ਜਿਹਾ ਦੇਸ਼ ਹੈ 3 ਕਰੋੜ ਦੀ ਆਬਾਦੀ ਹੈ ਤੇ 3 ਲੱਖ ਤੋਂ ਵੱਧ ਕੇਸ ਹੋ ਗਏ ਇਹਦਾ ਮਤਲਬ 1% ਪਬਲਿਕ ਉਹਨਾਂ ਦੀ ਕਰੋਨਾ ਵਾਇਰਸ ਦੀ ਸ਼ਿਕਾਰ ਹੋ ਗਈ ਚਿੱਲੀ ਉਹਦੇ ਨਾਲੋਂ ਵੀ ਛੋਟਾ ਦੇਸ਼ ਆ 1.5 ਕਰੋੜ ਦੀ ਆਬਾਦੀ ਹੈ 3 ਲੱਖ ਕੇਸ ਉੱਥੇ ਹੋ ਗਏ ਜਿਹੜੇ ਛੋਟੇ-ਛੋਟੇ ਦੇਸ਼ ਆ ਉਹਨਾਂ ਦਾ ਕੀ ਬਣੇਗਾ ਇਹ ਜਿਹੜੀਆਂ ਸਥਿਤੀਆਂ ਨੇ ਇਹਨਾਂ ਦਾ ਕਰਕੇ ਸਾਰੀ ਦੁਨੀਆ ਜਿਹੜੀ ਆ ਉਹ ਇਸ ਵੇਲੇ ਇੱਕ ਇਹੋ ਜਿਹਾ ਸੰਕਟ ਵਿੱਚ ਫਸ ਗਈ ਆ ਜਿਹਦੇ ਵਾਸਤੇ ਅਸੀਂ ਇੱਕ ਦੇਸ਼ ਇੱਕ ਸਮਾਜ ਇੱਕ ਰਾਜ ਇੱਥੋਂ ਤੱਕ ਸੋਚ ਕੇ ਨਹੀਂ ਛੱਡ ਸਕਦੇ ਸਾਨੂੰ ਸਾਰੀ ਦੁਨੀਆ ਬਾਰੇ ਸੋਚਣਾ ਪਏਗਾ ਔਰ ਦੁਨੀਆ ਵੀ ਇਸ ਵੇਲੇ ਇੱਕ ਦੂਸਰੇ ਬਾਰੇ ਸੋਚੇ ਆ ਜਿਹੜਾ ਇੱਕ ਦੂਸਰੇ ਦੇ ਨੁਕਸ ਕੱਢਣਿਆ ਫਲਾਨ ਨੇ ਗੱਲ ਕਾਲੀ ਫਲਾਨ ਨੇ ਆਹ ਨਾ ਦੱਸਿਆ ਇਹ ਸਭ ਗੱਲਾਂ ਜਿਹੜੀਆਂ ਬਾਅਦ ਵਿੱਚ ਤੈ ਹੋ ਜਾਣਗੀਆਂ ਇਸ ਮੋਕੇ ਦੁਨੀਆ ਪਰਦੇ ਦੇਸ਼ਾਂ ਨੂੰ ਇੱਕ ਦੂਸਰੇ ਨਾਲ ਮਿਲ ਕੇ ਇਸ ਲੜ ਨੂੰ ਜਿਹੜੀ ਬਿਮਾਰੀ ਆ ਇਹ ਜਿਹੜਾ ਅਣਦੇਸ ਦਾ ਦੁਸ਼ਮਣ ਹੈ ਤੁਸੀਂ ਸਾਹਮਣੇ ਦਿਸਦੇ ਦੁਸ਼ਮਣ ਨਾਲ ਟੈਂਕਾਂ ਤੋਪਾਂ ਨਾਲ ਲੜ ਸਕਦੇ ਆ ਜਿਹੜਾ ਦੁਸ਼ਮਣ ਦਿਸਦਾ ਹੀ ਨਹੀਂ ਉਸ ਅਣਦੇਸ ਦੇ ਦੁਸ਼ਮਣ ਦੇ ਖਿਲਾਫ ਲੜਾਈ ਚ ਸਾਰਿਆਂ ਨੂੰ ਇੱਕ ਦੂਸਰੇ ਦਾ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਇਹਦੇ ਚ ਇੱਕ ਪਾਸੇ ਅਣਦੇਸ ਦਾ ਦੁਸ਼ਮਣ ਹੈ ਦੂਸਰੇ ਪਾਸੇ ਪੂਰੀ ਦੀ ਪੂਰੀ ਦੁਨੀਆ ਇਹਦੇ ਚ ਕਿਸੇ ਦੇਸ਼ ਦਾ ਕੋਈ ਲਿਹਾਜ਼ ਨਹੀਂ ਉਹਨੇ ਕਿਸੇ ਦਾ ਪਿੰਨ ਕੋਡ ਵੇਖ ਕੇ ਜਾਂ ਆਧਾਰ ਕਾਰਡ ਵੇਖ ਕੇ ਸ਼ਕਾਰ ਨਹੀਂ ਮਾਰਨਾ ਉਹ ਕਿਸੇ ਦੇ ਉੱਤੇ ਵਿੱਚ ਪੱਟਾ ਮਾਰ ਸਕਦਾ ਇਸ ਕਰਕੇ ਸਾਰਿਆਂ ਨੂੰ ਸचेਤ ਰਹਿਣਾ ਚਾਹੀਦਾ ਤੁਸੀਂ ਬਿਲਕੁਲ ਠੀਕ ਹੈ ਜੀ ਵੱਡੀਆਂ ਤਬਦੀਲੀਆਂ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਦੁਨੀਆ ਚ ਦੇਖਣ ਨੂੰ ਮਿਲ ਰਹੀਆਂ ਨੇ ਮੈਂ ਗੱਲ ਕਰਨੀ ਚਾਹਾਂਗਾ ਇੱਥੇ ਵਿਦਿਆਰਥੀਆਂ ਦੀ ਵਿਦਿਆਰਥੀ ਵਰਗ ਜਿਹੜਾ ਹੈਗਾ ਉਹ ਵੱਡੇ ਪੰਬਲ ਪੂਸੇ ਦੇ ਵਿੱਚ ਘਿਰਿਆ ਹੋਇਆ UGC ਜਿਹੜੀ ਹੈ ਉਹ ਕੁਝ ਕਹਿ ਰਹੀ ਹੈ ਯੂਨੀਵਰਸਿਟੀਆਂ ਕੁਝ ਕਰੀਆਂ ਨੇ ਔਰ ਜਿਹੜੀਆਂ ਵਕ ਵਕ ਸੂਬਿਆਂ ਦੀਆਂ ਸਰਕਾਰਾਂ ਨੇ ਉਹ ਕੁਝ ਕਹਿ ਰੀਆਂ ਨੇ ਇਮਤਿਹਾਨਾਂ ਨੂੰ ਲੈ ਕੇ ਬਨੂ ਸਾ ਪੰਬਲ ਪੂਸਾ ਬਣਿਆ ਹੋਇਆ UGC ਕੁਝ ਹੋਰ ਨਿਰਦੇਸ਼ ਦੇ ਰਹੀ ਹੈ ਸੂਬਾ ਸਰਕਾਰਾਂ ਕੁਝ ਹੋਰ ਕਹਿ ਰੀਆਂ ਨੇ ਔਰ ਵਿਦਿਆਰਥੀ ਬੜੇ ਪਰੇਸ਼ਾਨ ਦੇਖੋ ਅੱਗੇ ਇਹ ਗੱਲ ਅਸੀਂ ਪਹਿਲਾਂ ਤੋਂ ਜਾਣਦੇ ਹਾਂ ਕਿ ਹਰ ਬੰਦੇ ਦੇ ਮੋਢਿਆਂ ਤੇ ਆਪਣੀ ਕਿਸਮ ਦਾ ਸਿਰ ਹੁੰਦਾ ਤੇ ਆਪਣੇ ਢੰਗ ਨਾਲ ਸੋਚਦਾ ਜੀ ਸਿਰਫ ਸਾਡੇ ਨਹੀਂ ਅਮਰੀਕਾ ਦੇ ਵਿੱਚ ਵੀ ਉਹਨਾਂ ਦਾ ਰਾਸ਼ਟਰਪਤੀ ਕਹਿੰਦਾ ਸਕੂਲ ਖੋਲੋ ਸੂਬਿਆਂ ਵਾਲੇ ਕਹਿੰਦੇ ਅਸੀਂ ਸਕੂਲ ਨਹੀਂ ਖੋਲਨੇ ਸਕੂਲਾਂ ਵਾਲੇ ਕਹਿੰਦੇ ਅਸੀਂ ਨਹੀਂ ਖੋਲਨੇ ਇਹਦੀ ਸਮੱਸਿਆ ਕੀ ਹੈ ਜਦੋਂ ਸਕੂਲ ਕਾਲਜ ਖੁੱਲੇ ਜਾਣਗੇ ਜੀ ਬੱਚੇ ਤਾਂ ਬੱਚੇ ਹੁੰਦੇ ਉਹਨਾਂ ਨੂੰ ਸਥਿਤੀ ਦੀ ਗੰਭੀਰਤਾ ਦਾ ਪਤਾ ਨਹੀਂ ਜਦੋਂ 4 ਮਹੀਨਿਆਂ ਬਾਅਦ ਮਿਲਣਾ ਇਹ ਕਿਦਾਂ ਹੋ ਸਕਦਾ ਕਿ ਬੱਚੇ ਇੱਕ ਦੂਜੇ ਨੂੰ ਭੱਜ ਕੇ ਗੱਲ ਲੱਗ ਕੇ ਨਾ ਮਿਲਣਗੇ ਜਾਂ ਹੱਥ ਵੀ ਨਾ ਮਲਾਉਣਗੇ ਬੱਚੇ ਉੱਥੇ ਖੇਡਦੇ ਆਂ ਇੱਕ ਦੂਸਰੇ ਨਾਲ ਛੋਟੀਆਂ ਮੋਟੀਆਂ ਛਰਾਰਤਾਂ ਨਾ ਕਰਨਗੇ ਇਹ ਕਰਨਗੇ ਜਦੋਂ ਉੱਥੇ ਕਰਨਗੇ ਤੇ ਇਹਦੇ ਚੋਂ ਕੱਲ ਨੂੰ ਨੁਕਸਾਨ ਹੋ ਸਕਦਾ ਇਸ ਕਰਕੇ ਸਕੂਲਾਂ ਵਾਲੇ ਆਪਣੀ ਥਾਂ ਸੱਚੇ ਨੇ ਰਾਜ ਸਰਕਾਰਾਂ ਵਾਲੇ ਵੀ ਸੱਚੇ ਨੇ ਜੇ ਇਹਨੂੰ ਰੋਕਣਾ ਅਸੀਂ ਵੱਡਿਆਂ ਦੇ ਉੱਤੇ ਪਾਬੰਦੀਆਂ ਲਾਉਨੇ ਆ ਕਿ ਉਹ ਇੱਕ ਦੂਸਰੇ ਰਾਜ ਵਿੱਚ ਨਹੀਂ ਜਾ ਸਕਦੇ ਬੈਰੀਅਰ ਨਹੀਂ ਕਰਾਸ ਕਰ ਸਕਦੇ ਤੇ ਫਿਰ ਇਹਨਾਂ ਬੱਚਿਆਂ ਦੇ ਮਾਮਲੇ ਵਿੱਚ ਵੀ ਸੁਚੇਤ ਹੋਣਾ ਪਵੇਗਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕੀ ਕਰਦਾ ਸਾਡਾ ਪਿਛਲਾ ਤਜਰਬਾ ਵੀ ਹੈ ਕਿ ਜਿਹੜੇ ਕੇਂਦਰ ਦੇ ਵਿੱਚੋਂ ਇਸ ਤਰ੍ਹਾਂ ਦੇ ਕਮਿਸ਼ਨ ਇਸ ਕਿਸਮ ਦੀਆਂ ਅਥਾਰਟिटीज ਬਣੀਆਂ ਨੇ ਉਹਨਾਂ ਦੇ ਬਹੁਤੇ ਲੋਕ ਉੱਥੋਂ ਬਾਰੇ ਸੋਚਦੇ ਜਿਹੜੀਆਂ ਥੱਲੇ ਗਰਾਉਂਡ ਲੈਵਲ ਰਿਐਲਿਟੀਜ਼ ਨੇ ਜਿਮਿਨੀ ਪੱਧਰ ਦੇ ਉੱਤੇ ਜੋ ਕੁਝ ਹੁੰਦਾ ਉਹਦੇ ਬਾਰੇ ਉਹ ਬਹੁਤਾ ਕੁਝ ਨਹੀਂ ਸੋਚਦੇ ਜਦੋਂ ਬੱਚੇ ਇੱਕੋ ਬੱਸ 'ਚ ਜਾਣੇ ਆ ਤੇ ਉਹਨਾਂ ਬੱਸਾਂ ਦੇ ਵਿੱਚ ਅਸੀਂ ਕਹਿ ਵੀ ਦਿਆਂਗੇ ਕਿ 62 ਬੋਝਾਂ ਸਵਾਰੀਆਂ ਵਾਲੀ ਬੱਸ 'ਚ 26 ਬੱਚੇ ਜਾਣੇ ਆ ਪਰ ਸਕੂਲਾਂ ਵਾਲਿਆਂ ਨੇ ਜੇ 52 ਚੜ੍ਹ ਲਏ ਤੇ ਉਹਨਾਂ ਰੋਕੂਗਾ ਕੌਣ ਉਹ ਬੱਚਿਆਂ ਦੇ ਵਾਸਤੇ ਜੇ ਉਹਨਾਂ ਦੀ ਸੁਰੱਖਿਆ ਵਿਖਣੀ ਆ ਤੇ ਰਾਜ ਸਰਕਾਰ ਆ ਤੇ ਸਕੂਲਾਂ ਵਾਲੇ ਜੋ ਕਹਿੰਦੇ ਉਹ ਠੀਕ ਹੈ ਪਰ ਇਹਦੇ ਚ ਸਮੱਸਿਆਵਾਂ ਨਾਲ ਕਈ ਹੋਰ ਪੈਦਾ ਹੋ ਗਈਆਂ ਜੀ ਮਾਪੇ ਕਹਿੰਦੇ ਆ ਜੀ ਕਾਰੋਬਾਰ ਬੰਦ ਅਸੀਂ ਘਰ ਬੈਠੇ ਫੀਸਾਂ ਕਿੱਥੋਂ ਦੇਈ ਸਕੂਲਾਂ ਵਾਲੇ ਕਹਿੰਦੇ ਜੀ ਅਸੀਂ ਸਕੂਲ ਚਲਾਉਣਾ ਹਾਈ ਕੋਰਟ ਨੇ ਕਹਿਤਾ ਕਿ ਉਹ ਸਕੂਲ ਚਲਾਉਣ ਜੋਗੀਆਂ ਫੀਸਾਂ ਲੈ ਸਕਦੇ ਆ ਉਹ ਫੀਸਾਂ ਪਿਛਲੇ ਸਾਲ ਵਾਲੀਆਂ ਲੈ ਸਕਦੇ ਆ ਨਵੀਆਂ ਨਹੀਂ ਲੈ ਸਕਦੇ ਪਰ ਜਦੋਂ ਸਕੂਲ ਚਲਾਉਣ ਵਾਸਤੇ ਆ ਤੇ ਉਹਦੇ ਵਿੱਚ ਬੱਸਾਂ ਦਾ ਕਿਰਾਇਆ ਕਿੱਥੋਂ ਆ ਗਿਆ ਹੁਣ ਕੁਝ ਸਕੂਲਾਂ ਵਾਲਿਆਂ ਨੇ ਬੱਸਾਂ ਦਾ ਕਿਰਾਇਆ ਵੀ ਮੰਗਿਆ ਜਿਹੜੀਆਂ ਬੱਸਾਂ ਚੱਲੀਆਂ ਹੀ ਨਹੀਂ ਜਿਨ੍ਹਾਂ ਦਾ ਤੇਲ ਵੀ ਨਹੀਂ ਫੁਕਿਆ ਟਾਇਰ ਵੀ ਨਹੀਂ कसे ਉਹਨਾਂ ਦਾ ਕਿਰਾਇਆ ਕਿੱਦਾਂ ਦਿੱਤਾ ਜਾਵੇ ਇਹਨਾਂ ਦੋਵਾਂ ਦੀ ਇਸ ਖਿੱਚੋ ਤਾਣ ਚੋਂ ਇੱਕ ਤੀਸਰੀ ਤੇਰੇ ਟੀਚਰ ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਬਹੁਤ ਸਾਰੇ ਸਕੂਲ ਐਸੋੜੇ ਤਨਖਾਹਾਂ ਨਹੀਂ ਦੇ ਰਹੇ ਕੁਝ ਸਕੂਲ 35% ਦੇ ਰਹੇ ਮੈਨੂੰ ਅੱਜ ਪਤਾ ਲੱਗਾ ਸੀ ਪਟਿਆਲੇ ਜ਼ਿਲ੍ਹੇ 'ਚ ਪਾਤੜਾ ਤੋਂ ਇੱਕ ਸਕੂਲ ਉਹ ਆਪਣੇ ਟੀਚਰਸ ਨੂੰ 50% ਤੋਂ ਵੱਧ تنخواਹਾਂ ਦੇ ਰਿਹਾ ਪਰ ਕੁਝ ਸਕੂਲ ਇਹੋ ਜਿਹੇ ਵੀ ਆ ਜਿਨ੍ਹਾਂ ਕੋਲ ਹੁੰਦਿਆਂ ਸੁੰਦਿਆਂ ਵੀ ਨੀਤੀ ਦਾ ਸਵਾਲ ਨਹੀਂ ਨੀਤੀ ਦਾ ਸਵਾਲ ਉਹ ਨਹੀਂ ਦੇ ਰਹੇ ਉਸ ਤੀਸਰੀ ਧਿਰ ਨੂੰ ਜਿਹੜਾ ਟੀਚਰ ਵਰਗ ਅਧਿਆਪਕ ਵਰਗ ਹੈ ਉਹਨੂੰ ਅੱਖੋਂ ਪਰੋਖਾ ਕੀਤਾ ਜਾ ਰਿਹਾ ਇਹ ਵੀ ਸਮੱਸਿਆ ਜਦੋਂ ਅਸੀਂ ਸਿੱਖਿਆ ਦੀ ਗੱਲ ਕਰਦੇ ਆ ਉੱਪਰੋਂ ਲੈ ਕੇ ਇਹ ਨਾ ਵੇਖੀਏ ਸੀਬੀਐਸਸੀ ਤੇ ਆਈਸੀਐਸਸੀ ਕੀ ਕਹਿੰਦੇ ਆ ਇਹ ਨਾ ਵੇਖੀਏ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕੀ ਕਹਿੰਦਾ ਇਹ ਨਾ ਵੇਖੀਏ ਕੇਂਦਰ ਤੇ ਰਾਜ ਸਰਕਾਰਾਂ ਕੀ ਕਹਿੰਦੀਆਂ ਇਹ ਵੇਖੀਏ ਕਿ ਥੱਲੇ ਸਥਿਤੀਆਂ ਕੀ ਆ ਉੱਚ ਸਕੂਲਾਂ ਵਾਲੇ ਕੀ ਕਹਿੰਦੇ ਆ ਬੱਚਿਆਂ ਦੇ ਮਾਪੇ ਕੀ ਕਹਿੰਦੇ ਆ ਬੱਚੇ ਇਕੱਠੇ ਹੋਏ ਤੇ ਉਹ ਕੀ ਕਰਨਗੇ ਅਧਿਆਪਕ ਕੀ ਕਰਨਗੇ ਇਹ ਬਹੁਤ ਸਾਰੀਆਂ ਸਮੱਸਿਆਵਾਂ ਚੁਟਕੀ ਮਾਰਿਆਂ ਹੱਲ ਹੋਣ ਵਾਲਾ ਮਸਲਾ ਨਹੀਂ ਇਹਦੇ ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਪਰ ਸੋਚਣਾ ਵੀ ਉੱਪਰੋਂ ਲੈ ਕੇ ਥੱਲੇ ਤੱਕ ਸਾਰਿਆਂ ਨੂੰ ਚਾਹੀਦਾ ਜੀ ਤੋਂ ਪੰਨ ਸਾਹਿਬ ਗੱਲ ਕਰਾਂਗੇ ਭਾਰਤ ਚੀਨ ਸੀਮਾ ਵਿਵਾਦ ਜਿਹੜਾ ਚੱਲ ਰਿਹਾ ਉਹ ਕਿਸ ਪੜਾ ਤੇ ਪਹੁੰਚਿਆ ਹੈਗਾ ਮੈਂ ਇਹਦੇ ਬਾਰੇ ਵਿੱਚ ਜਾਣਕਾਰੀ ਲੈਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਚੀਨ ਦਾ ਜਿਹੜਾ ਸੀਮਾ ਵਿਵਾਦ ਹੈ ਉਹ ਕੇਵਲ ਭਾਰਤ ਨਾਲ ਨਹੀਂ ਕਰ ਤੋਂ ਕਰਤੇ 26 ਮੁਲਕ ਦਿਨਾਂ ਦੇ ਨਾਲ ਉਹਦੀਆਂ ਉਹਦੀ ਸਰਾਜ ਲੱਗਦੀ ਆ ਲਗਭਗ ਸਾਰਿਆਂ ਨਾਲ ਵਿਵਾਦ ਚੱਲ ਰਿਹਾ ਇਥੋਂ ਤੱਕ ਕਿ ਪਟਾਣ ਵਰਗਾ ਮੁਲਕ ਜਿਹੜੀ ਕੋਈ ਸਰਾਧੋ ਦੇ ਨਾਲ ਨਹੀਂ ਲੱਗਦੀ ਉਹਦੇ ਨਾਲ ਵੀ ਵਿਵਾਦ ਚੱਲ ਰਿਹਾ ਹੈ ਕੀ ਇਹਦੇ ਵਿੱਚ ਕੋਈ ਚੀਨ ਦੀ ਮਾਨਸਿਕਤਾ ਕਹਿ ਸਕਤੇ ਹਾਂ ਜਾਂ ਕੋਈ ਹੋਰ ਕਾਰਨ ਹੈ ਕਿ ਉਹ ਤਣਾਅ ਬਣਾ ਕੇ ਰੱਖਣਾ ਚਾਹੁੰਦਾ ਇਹਦੇ ਚੋਂ ਨੂੰ ਕੋਈ ਲਾਹਾ ਜੇ ਅਸੀਂ ਯੂਰਪ ਦੇ ਦੇਸ਼ਾਂ ਨੂੰ ਛੱਡ ਦਈਏ ਜਿਹੜੇ ਯੂਰੋਪੀਅਨ ਯੂਨੀਅਨ ਚ ਨੇ ਜੀ ਬਾਕੀ ਸਾਰੀ ਦੁਨੀਆ 'ਚ ਸਥਿਤੀ ਹੈ ਅਮਰੀਕਾ ਵਾਲਿਆਂ ਦਾ ਦੂਸਰੇ ਨਾਲ ਬਾਰਡਰਾਂ ਦਾ ਝਗੜਾ ਹੂੰ ਜਿਹੜੇ ਰੂਸ ਵਾਲੇ ਉਹਨਾਂ ਦਾ ਚੀਨ ਦਾ ਰੂਸ ਨਾਲ ਵੀ ਆ ਜੀ ਮੰਗੋਲੀਆ ਨਾਲ ਵੀ ਆ ਵੀਅਤਨਾਮ ਨਾਲ ਵੀ ਆ ਤੁਰਕਮੇਨਿਸਤਾਨ ਨਾਲ ਵੀ ਆ ਅਫਗਾਨਿਸਤਾਨ ਨਾਲ ਵੀ ਸਾਰੇ ਨਾਲ ਪਾਕਿਸਤਾਨ ਦਾ ਇਰਾਨ ਨਾਲ ਵੀ ਆ ਅਫਗਾਨਿਸਤਾਨ ਨਾਲ ਵੀ ਆ ਸਾਡੇ ਨਾਲ ਵੀ ਆ ਸਾਡਾ ਪਾਕਿਸਤਾਨ ਨਾਲ ਵੀ ਆ ਸਾਡਾ ਬੰਗਲਾਦੇਸ਼ ਨਾਲ ਵੀ ਆ ਮਿੱਤਰ ਦੇਸ਼ ਸੀਗਾ ਨੇਪਾਲ ਉਹ ਦਿਨ ਨਾਲ ਵੀ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਚੀਨ ਦਾ ਵੀ ਆਪਣੇ ਚਾਰਜ ਫੇਸ ਕਰਨ ਇਹ ਲਗਭਗ ਸਭ ਥਾਵਾਂ ਤੇ ਇਦਾਂ ਦੇ ਝਗੜੇ ਹੈਗੇ ਨੇ ਉਹਨਾਂ ਝਗੜਿਆਂ ਦੇ ਵਿੱਚੋਂ ਜਿਹੜਾ ਸਾਡਾ ਚੀਨ ਦੇ ਨਾਲ 1962 ਦੀ ਜੰਗ ਤੋਂ ਬਾਅਦ ਦੀ ਇੱਕ ਅਸਲ ਕੰਟਰੋਲ ਰੇਖਾ ਮੰਨੀ ਗਈ ਉਹ ਇਹ ਸੀ ਕਿ ਜਿੱਥੇ ਤੁਹਾਡੀ ਫੌਜ ਤੁਹਾਡੀ ਜਿੱਥੇ ਸਾਡੀ ਉੱਥੇ ਸਾਡੀ ਆ ਵਿਚਾਲੇ ਇੱਕ ਹੱਦ ਮਤਲਬ ਇਹ ਕਾਨੂੰਨੀ ਹੱਦ ਨਹੀਂ ਗਈ ਇਹ ਅਸਲ ਕੰਟਰੋਲ ਰੇਖਾ ਕਿ ਇੱਥੋਂ ਤੱਕ ਇਹਨੂੰ ਕੋਈ ਦੋਵਾਂ ਚੋਂ ਨਾ ਲੰਗੇ ਉਹਦੇ ਚੀਨ ਵਾਲੇ ਲੰਘੇ ਸਾਡੇ ਵਾਲੇ ਨਾਲ ਝੜਪ ਹੋਈ ਉਹਦੇ ਵਿੱਚ ਦੋਵਾਂ ਤਰ੍ਹਾਂ ਦਾ ਨੁਕਸਾਨ ਹੋਇਆ ਫਿਰ ਲੱਗਦਾ ਸੀ ਕਿ ਅੱਜ ਨਹੀਂ ਭਲਕੇ ਸਈ ਜੰਗ ਤਾਂ ਲੱਗੀ ਕਿ ਲੱਗੀ ਲੱਗੀ ਕਿ ਲੱਗੀ ਪਰਦੇ ਪਿੱਛੇ ਸਾਡੇ ਤੇ ਉਹਨਾਂ ਦੇ ਡਿਪਲੋਮੈਟ ਸਾਡੇ ਉਹਨਾਂ ਦੇ ਦੂਤ ਆਪੋ ਚ ਮਿਲੇ ਇਧਰ ਸਾਡੇ ਜਰਨਲਾਂ ਦੀਆਂ ਤੇ ਉਹਨਾਂ ਦੇ ਜਰਨਲਾਂ ਦੀਆਂ ਮੀਟਿੰਗਾਂ ਹੋਈਆਂ ਇੱਕ ਮੀਟਿੰਗ ਉਹਨਾਂ ਦੇ ਪਾਸੇ ਜਾ ਕੇ ਉਹ ਇੱਕ ਮੀਟਿੰਗ ਸਾਡੇ ਪਾਸੇ ਹੋਈ ਅੰਤ ਨੂੰ ਇੱਕ ਸੁਖਾਵਾਂ ਰਾਹ ਨਿਕਲਿਆ ਕਿ ਦੋਵੇਂ ਤਰ੍ਹਾਂ ਦੋ-ਦੋ ਕਿਲੋਮੀਟਰ ਪਛਿਆ ਚਲੇ ਜਾਓ ਤੇ ਉਹ ਚਲੇ ਗਏ ਹੁਣ ਸਾਡਾ মিডিਆ ਇੱਕ ਗੱਲ ਕਹਿੰਦਾ ਕਿ ਚੀਨ ਵਾਲਿਆਂ ਨੇ 1962 ਵਿੱਚ ਪਿਛੇ ਹਟ ਕੇ ਤੇ ਧੋਖੇ ਨਾਲ ਇੱਕਦਮ ਆ ਕੇ ਹਮਲਾ ਕਰਤਾ ਸੀ ਹੁਣ ਫੇਰ ਕਰ ਸਕਦੇ ਇਹ ਉਦੋਂ ਦੀਆਂ 1962 ਦੀਆਂ ਗੱਲਾਂ ਅੱਜ 58 ਸਾਲ ਬਾਅਦ ਚੇਤੇ ਕਰਨ ਦਾ ਕੋਈ ਫਾਇਦਾ ਨਹੀਂ ਉਦੋਂ ਉਹ ਲੁੱਕ ਕੇ ਬਾਹਰ ਕਰ ਸਕਦੇ ਸੀ ਅੱਜ ਸਾਡੇ ਸੈਟੇਲਾਈਟ ਉੱਤੇ ਘੁੰਮਦੇ ਆ ਉਹ ਪਲ-ਪਲ ਦੀ ਖਬਰ ਦਿੰਦੇ ਆ ਕਿ ਚੀਨ ਦੀ ਫੌਜ ਕਿੰਨੀ ਪਿੱਛੇ ਹਟੀ ਜਿਉਹ ਪਿੱਛੋਂ ਹੋਰ ਫੌਜ ਮੰਗਾਉਣ ਜਿਉਹ ਤੁਰਨ ਲੱਗਣ ਤੇ ਉਹ ਰਸਥਾਵਾਂ ਉਸ ਜਿਹੜੇ ਪੜਨ ਦੀਆਂ ਨੇ ਇੱਕਦਮ 5-7 ਮਿੰਟਾਂ 'ਚ ਤਿਆਰ ਨਹੀਂ ਜਾਣੇ 2 ਕਿਲੋਮੀਟਰ ਸਾਡੀ ਫੌਜ ਪਿੱਛੇ ਬੈਠੀ 2 ਕਿਲੋਮੀਟਰ ਉਹਨਾਂ ਦੀ ਬੈਠੀ ਹੈ ਸਾਡੀ ਫੌਜ ਵੀ ਤੇ ਲੱਗ ਗਈ ਹੈ ਇਹੋ ਜਿਹਾ ਜਿਹੜਾ ਗੱਲ ਨਾ ਕਿ ਇੱਕਦਮ ਹਮਲਾ ਕਰ ਦੇਣਗੇ ਉਹ ਸਥਿਤੀਆਂ 1962 ਵਾਲੀਆਂ ਅੱਜ ਨਹੀਂ ਸੈਟੇਲਾਈਟ ਨਾਲ ਸਾਡੀ ਵੀ ਨਜ਼ਰ ਉੱਤੇ ਹੈ ਤੇ ਉਹਨਾਂ ਦੀ ਵੀ ਸਾਡੇ ਤੇ ਹੈ ਇਸ ਕਰਕੇ ਦੋਵਾਂ ਨੇ ਜਿਹੜਾ ਆਪੋ-ਆੱਚ ਵਾਅਦਾ ਕੀਤਾ ਕਿ ਅਸੀਂ ਅਸਲ ਕੰਟਰੋਲ ਰੇਖਾ ਨੂੰ ਹੁਣ ਹੋਰ ਤੱਤੀ ਨਾ ਕਰੀਏ ਇਹਨੂੰ ਠੰਡੀ ਹੋਣ ਦਈਏ ਇਸ ਸਖਾਵੇਂ ਬੁੱਲੇ ਨੂੰ ਮਰਨਾ ਚਾਹੀਦਾ ਸਾਡੇ ਮੀਡੀਆ 'ਚ ਕੁਝ ਸੱਜਣ ਇਹੋ ਜਿਹੇ ਆ ਜਿਹੜੇ ਰੋਜ਼ ਹੀ ਸਵੇਰੇ ਪੁੱਛਦੇ ਅੱਜ ਮਕਾਨਾਂ ਦੀ ਕਿਸੇ ਪਾਸਿਓਂ ਆਵਾਜ਼ ਜੀ ਸੁਣਦੀ ਸੀ ਉਹ ਜਿਹੜੇ ਮਕਾਨਾਂ ਦੀ ਆਵਾਜ਼ ਦੇਖਦੇ ਆ ਨਾ ਉਹਨਾਂ ਨੂੰ ਛੱਡ ਦਈਏ ਚੰਗੀ ਗੱਲ ਇਹ ਹੋਈ ਹੈ ਕਿ ਦੋਵੇਂ ਤਰ੍ਹਾਂ ਦੇ ਸਰਕਾਰਾਂ ਦੇ ਦੂਤਾਂ ਦੇ ਪੱਦਰ ਦੇ ਉੱਤੇ ਫੌਜੀਆਂ ਜਰਨਲਿਆਂ ਦੇ ਪੱਦਰ ਤੇ ਇੱਕ ਰਾਹ ਨਿਕਲਿਆ ਇਹ ਸੁਖ ਮੰਗਣੀ ਚਾਹੀਦੀ ਹੈ ਕਿ ਅੱਗੇ ਤੋਂ ਇਹੋ ਜਿਹੇ ਹਾਲਾਤ ਪੈਦਾ ਨਾ ਹੋਣ ਜੀ ਤੋ ਗੱਲ ਕਰਦੇ ਹਾਂ ਖਤਰਨਾਕ ਗੈਂਗਸਟਰ ਜਿਹੜਾ ਹੈ ਉਹਦਾ ਅਨਕਾਉਂਟਰ ਹੋਇਆ ਹੈ ਉਹ ਪਹਿਲਾਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਉਹਨੂੰ ਫੜਿਆ ਗਿਆ ਔਰ ਉਸ ਤੋਂ ਬਾਅਦ ਅਨਕਾਉਂਟਰ ਦੀ ਖਬਰ ਅਗਲੇ ਦਿਨ ਆ ਗਈ ਇਹ ਪੰਨੂ ਸਾਹਿਬ ਥੋੜੇ ਕੁਝ ਘੰਟੇ ਹੀ ਇਹਦੇ ਵਿੱਚ ਮੇਰਾ ਖਿਆਲ ਪਏ ਨੇ ਇਹਦੇ ਵਿੱਚ ਕੋਈ ਦੋ ਰਵਾਨੀ ਕਿ ਉਹ ਖਤਰਨਾਕ ਗੈਂਗਸਟਰ ਸੀਗਾ ਔਰ ਉਹ ਲੰਮਾ ਸਮਾਂ ਉਹ ਕਈ ਤਰ੍ਹਾਂ ਦੀਆਂ ਵਾਰਦਾਤਾਂ ਕਰਦਾ ਰਿਹਾ ਔਰ ਉਹਦਾ ਲੰਮਾ ਇੱਕ ਇਤਿਹਾਸ ਹੈਗਾ ਹਿਸਟਰੀ ਹੈਗੀ ਆ ਤੋ ਉਹਦੇ ਤੇ ਥੋੜਾ ਚਰਣਾ ਜਿੱਤ ਪਾਉਤਾ ਅੱਛੀ ਲੱਗਦਾ ਤੁਸੀਂ ਦਸਹਿਰਾ ਵੇਖਦੇ ਹੋ ਜੀ ਮਿਸਤਰੀ ਦੂਰ ਦੂਰ ਤੋਂ ਲਿਆ ਕੇ ਉਹਨਾਂ ਨੂੰ ਆਖਿਆ ਜਾਂਦਾ ਰਾਵਣ ਦਾ ਬੁੱਤ ਬਣਾਓ ਉਹ ਬਣਾਉਂਦੇ ਆ ਫਿਰ ਸਾਰੀ ਕਮੇਟੀ ਦੂਰੋਂ ਖਲੋ ਕੇ ਵੇਖਦੀ ਹਾ ਹੁਣ ਇਹਦੀਆਂ ਮੁੱਛਾਂ ਵੇਖੋ ਹੁਣ ਪੂਰਾ ਡਰਾਉਣਾ ਬਣ ਗਿਆ ਤੇ ਮੁੜ ਕੇ ਉਹਨੂੰ ਅੱਗ ਲਾ ਕੇ ਸਾੜ ਦਿੰਦੇ ਸਾਡੇ ਸਮਾਜ ਵਿੱਚ ਇਹੋ ਕੁਝ ਹੋਣ ਲੱਗ ਪਿਆ ਅਸੀਂ ਪਹਿਲਾਂ ਇੱਥੋਂ ਰਾਵਣ ਸਿਰਜਦੇ ਜਦੋਂ ਉਹ ਡਰਾਉਣਾ ਬਣ ਜਾਂਦਾ ਤੇ ਸਾਨੂੰ ਆਪ ਨੂੰ ਵੀ ਡਰ ਲੱਗਣ ਲੱਗ ਪੈਂਦਾ ਫਿਰ ਉਹਨੂੰ ਮਾਰਨ ਦੀ ਨੌਬਤ ਆ ਜਾਂਦੀ ਇਹ ਜਿਹੜਾ ਵਿਕਾਸ ਦੁੱਬੇ ਸੀ ਇਹ 1998 ਤੱਕ ਟੁੱਚਲ ਕਿਸਮ ਦਾ ਛੋਟੇ ਜਿਹੜੇ ਕਿਸੇ ਦੀ ਚੇਨੀ ਲਾ ਕੇ ਭੱਜ ਗਿਆ ਉਦਾਂ ਦਾ ਅਪਰਾਧੀ ਸੀ 2000 ਵਿੱਚ ਪਹਿਲਾ ਇਹਨੇ ਵੱਡਾ ਕੰਮ ਕੀਤਾ ਥਾਣੇ ਵਿੱਚ ਜਾ ਕੇ ਭਾਜਪਾ ਦੀ ਸਰਕਾਰ ਜਿਹੜਾ ਅੱਜ ਸਾਡਾ ਰੱਖਿਆ ਮੰਤਰੀ ਰਾਜਨਾਥ ਸਿੰਘ ਇਹ ਉਦੋਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਇਹਨਾਂ ਨੇ ਇੱਕ ਚੇਅਰਮੈਨ ਨੂੰ ਭਾਜਪਾ ਆਗੂ ਨੂੰ ਉੱਥੇ ਉਹਨਾਂ ਨੇ ਰਾਜ ਮੰਤਰੀ ਦਾ ਦਰਜਾ ਦਿੱਤਾ ਸੀ ਉਹ ਥਾਣੇ 'ਚ ਆਇਆ ਇਹਨੇ ਥਾਣੇ 'ਚ ਆ ਕੇ 30 ਪੁਲਿਸ ਬੰਦਾਂ ਦੀ ਹਾਜ਼ਰੀ 'ਚ ਉਹਨੂੰ ਗੋਲੀ ਮਾਰ ਕੇ ਮਾਰਿਆ ਜਦੋਂ ਬਾਅਦ ਵਿੱਚ ਮੁਕੱਦਮਾ ਚੱਲਿਆ ਉਹ 30 ਦੇ 30 ਪੁਲਿਸ ਵਾਲੇ ਥਾਣੇ 'ਚ ਕਤਲ ਹੋਇਆ ਹੋਵੇ ਤੇ ਉਹ 30 ਦੇ 30 ਪੁਲਿਸ ਵਾਲੇ ਗਵਾਹੀਆਂ ਤੋਂ ਮੁਕਰ ਗਏ ਜਦੋਂ ਗਵਾਹੀਆਂ ਤੋਂ ਮੁਕਰ ਗਏ ਤੇ ਆਪਣੇ ਆਪ ਮੁਕਰ ਗਏ ਸਨ ਉਹਨਾਂ ਨੂੰ ਰਾਜਨੀਤੀ ਨੇ ਮੁਕਰਾਇਆ ਸੀ ਉਦੋਂ ਤੱਕ ਸਰਕਾਰ ਬਦਲ ਗਈ ਸੀ ਸਰਕਾਰ ਬਦਲ ਜਾਣ ਤੋਂ ਬਾਅਦ ਸਮਾਜਵਾਦੀ ਪਾਰਟੀ ਸਰਕਾਰ ਆ ਗਈ ਸੀ ਅੱਜ ਸਮਾਜਵਾਦੀ ਪਾਰਟੀ ਭਾਜਪਾ ਦਾ ਨੁਕਸ ਕੱਢੇਗੀ ਪਰ ਉਹਨੂੰ ਬਰੀ ਕਰਾਉਣ 'ਚ ਤੇ ਇਹਨਾਂ ਦਾ ਹੱਥ ਸੀ ਬਾਅਦ ਵਿੱਚ ਉਹ ਬਹੁਜਨ ਸਮਾਜ ਪਾਰਟੀ ਦੇ ਵੀ ਨੇੜੇ ਰਿਹਾ ਤੇ ਕਤਲ ਹਰ ਸਾਲ ਹੀ ਇੱਕ ਦੋ ਕਰ ਦਿੰਦਾ ਸੀ ਹੁਣ ਜਦੋਂ ਉਹਦੇ ਤੇ ਰੇਡ ਹੋਣ ਲੱਗਾ ਛਾਪਾ ਪੈਣ ਡੀਐਸਪੀ ਦੀ ਅਗਵਾਈ 'ਚ ਬਹੁਤ ਸਾਰੀ ਪੁ ਨਿਰਮਲ ਥਾਣੇ ਦੇ ਐਸਐਚਓ ਨੇ ਫੋਨ ਕੀਤਾ ਕਿ ਤੇਰੇ ਵੱਲ ਆ ਰਿਹਾ ਪ੍ਰਬੰਧ ਕਰ ਲੈ ਐਸਵੀਲੋ ਐਸਐਚਓ ਗ੍ਰਿਫਤਾਰ ਕੀਤਾ ਪਿਆ ਸਿੱਖਾਂ ਪਿੱਛੇ ਉਹਦੇ ਨਾਲ ਦੇ 10-12 ਪੁਲਿਸ ਵਾਲੇ ਹੋਰ ਸਿੱਖਾਂ ਪਿੱਛੇ ਆ ਜਿਹੜੇ ਇਹਦਾ ਦਿੱਤਾ ਖਾਂਦੇ ਸੀ ਤੇ ਇਹਨੂੰ ਚੁਗਲੀਆਂ ਕਰਦੇ ਸੀ ਕਿ ਤੇਰੇ ਤੇ ਛਾਪਾ ਪੈਣ ਲਗਾ ਜਦੋਂ ਉਹ ਛਾਪਾ ਪਿਆ ਇਹਨੇ ਘੇਰਾ ਪਾ ਕੇ 8 ਪੁਲਿਸ ਵਾਲੇ ਮਾਰਤੇ ਜਿਨ੍ਹਾਂ ਚੋਂ ਇੱਕ ਡੀਐਸਪੀ ਇੱਕ ਇਨਸਪੈਕਟਰ ਦੋ ਸਬ ਇਨਸਪੈਕਟਰ ਤੇ ਚਾਰ ਦੂਜੇ ਸਨ ਫਿਰ ਇਹ ਭੱਜ ਗਿਆ ਪੁਲਿਸ ਵਾਲਿਆਂ ਨੇ ਖਿੱਚ ਕੇ ਮੁਕਾਬਲਾ ਬਣਾ ਕੇ ਇਹਦਾ ਮਾਮਾ ਮਾਰਤਾ ਇੱਕ ਬੰਦਾ ਮਾਰਤਾ ਦੂਜਾ ਮਾਰਤਾ ਤੀਜੇ ਦਿਨ ਤੱਕ ਮੱਧ ਪ੍ਰਦੇਸ਼ ਦੇ ਉਜੈਨ ਚਹਿਰ ਕਿਉਂ ਮਹਾਕਾਲ ਮੰਦਰ ਦੇ ਸਾਹਮਣੇ ਪੜਿਆ ਗਿਆ ਫੜਿਆ ਗਿਆ ਕਿ ਸਮਰਪਣ ਕੀਤਾ ਵੀ ਪਤਾ ਨਹੀਂ ਕਨੈਕਸ਼ਨ ਕਿੱਥੋਂ ਤੱਕ ਨਿਕਲਦੇ ਆ ਮੱਧ ਪ੍ਰਦੇਸ਼ ਦਾ ਜਿਹੜਾ ਅੱਜ ਕੱਲ੍ਹ ਗ੍ਰਹਿ ਮੰਤਰੀ ਹੈ ਜੀ ਉੱਤਰ ਪ੍ਰਦੇਸ਼ ਦੀਆਂ ਚੋਣਾਂ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਦੋਂ ਹੀ ਉੱਤਰ ਪ੍ਰਦੇਸ਼ ਦੀਆਂ ਹੋਈਆਂ ਸੀ ਉਹ ਉੱਤਰ ਪ੍ਰਦੇਸ਼ ਦੀਆਂ ਚੋਣਾਂ 'ਚ ਇਸੇ ਵਿਕਾਸ ਦੂਬੇ ਵਾਲੇ ਗਾਂਧਪੁਰ ਜ਼ਿਲ੍ਹੇ ਦਾ ਇੰਚਾਰਜ ਸੀ ਤੇ ਹੁਣ ਜਿੱਥੇ ਫੜਿਆ ਗਿਆ ਉਜੈਨ ਅੱਜ ਕੱਲ੍ਹ ਉਹ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਉਸੇ ਹੋ ਜਾਂਦਾ ਇਨਚਾਰਜ ਹੁਣ ਦੋਵਾਂ ਪਾਸੇ ਉੱਥੇ ਲੋਕੀ ਦੋ ਤੇ ਦੋ ਚਾਰ ਕੇ ਕਈ ਕਰਕੇ ਗੱਲਾਂ ਕੱਢਦੇ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਆ ਕਿ ਭਾਜਪਾ ਨੇ ਆ ਕੀਤਾ ਉਹ ਕੀਤਾ ਉਹ ਇਹ ਦੱਸਦੇ ਨੇ ਕਿ ਜਦੋਂ ਉਹਨਾਂ ਦਾ ਰਾਜ ਸਿੰਘ ਵਿਕਾਸ ਦੋਬੇ ਉਦੋਂ ਵੀ ਉੱਥੇ ਸੀ ਕੀ ਤੁਹਾਡੇ ਐਮਐਲਏ ਦੀ ਸਾਂਝ ਉਦੋਂ ਨਾਲ ਨਹੀਂ ਰਹੀ ਤੁਸੀਂ ਦੱਸੋ ਹੁਣ ਜੇ ਭਾਜਪਾ ਦੇ ਦੋ ਐਮਐਲਏ ਆ ਉਹਨਾਂ ਦਾ ਨਾਂ ਆਉਂਦਾ ਤੇ ਭਾਜਪਾ ਦੀ ਸਰਕਾਰ ਨੂੰ ਚਾਹੀਦਾ ਕਿ ਦੂਸਰਿਆਂ ਵਾਲੇ ਪਾਸੇ ਸਾਰਾ ਕੁਝ ਕਰਨ ਦੇ ਬਜਾਇਅਤ ਆਪਣੇ ਘਰ ਵਿੱਚ ਜਿਹੜੇ ਦੋ ਐਮਐਲਏ ਬੈਠੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰੋ ਜੀ ਕਿਉਂ ਨਾ ਕੀਤੀ ਜਾਵੇ ਇੱਕ ਪ੍ਰਾਣਾ ਖਾਨ ਕਿ ਜਦੋਂ ਤੁਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਆਂ ਆ ਬਾਕੀ ਦੀਆਂ ਤਿੰਨ ਆਪਣੇ ਵੱਲ ਹੁੰਦੀਆਂ ਨੇ ਇਹ ਸਿਆਸੀ ਪਾਰਟੀਆਂ ਸਾਰੀਆਂ ਨੇ ਰਲ ਮਿਲ ਕੇ ਰਾਵਣ ਦਾ ਬੁੱਤ ਬਣਾਉਣ ਵਾਲੇ ਢੰਗ ਨਾਲ ਇਸ ਬੰਦੇ ਨੂੰ ਪਹਿਲਾਂ ਆਪ ਸਿਰ ਜਿਆ ਸੀ ਆਪ ਏਡਾ ਵੱਡਾ ਅਪਰਾਧੀ ਬਣਾਇਆ ਸੀ ਕਿ ਉਹ ਪੁਰਸ਼ ਨੂੰ ਚੈਲੰਜ ਕਰ ਸਕੇ ਬਾਅਦ ਵਿੱਚ ਇਹਨੂੰ ਉੱਥੋਂ ਊਜੈਨ ਤੋਂ ਫੜਿਆ ਗਿਆ ਕੋਈ ਟ੍ਰਾਂਜ਼ੀਟਰ ਮਾਨ ਨਹੀਂ ਦਿੱਤਾ ਗਿਆ ਅਦਾਲਤ ਪੇਸ਼ ਨਹੀਂ ਕੀਤਾ ਗਿਆ ਲੈ ਕੇ ਆਏ ਤੇ ਦਿਨ ਚੜ੍ਹਦੇ ਨਾਲ ਮਾਰ ਵੀ ਦਿੱਤਾ ਕਹਿੰਦੇ ਜੀ ਪੁਲਿਸ ਗੱਡੀ ਚੋਂ ਭੱਜਣ ਲੱਗਾ ਸੀ ਛਾੜ ਕੇ ਸਫਾਰੀ ਤੇ ਲਿਆਂਦਾ ਜਦੋਂ ਉਲਟਾਈ ਗੱਡੀ ਤੇ ਹੋਰ ਗੱਡੀ ਆ ਜਿੱਤੋਂ ਉਲਟਾ ਕੇ ਉਹਨੂੰ ਆਖਿਆ ਗਿਆ ਕਿ ਤੂੰ ਭਜਾ ਗੱਡੀ ਡਿੱਗੀ ਤੋਂ ਉਹ ਸਾਰੀ ਕਹਾਣੀ ਲੋਕਾਂ ਦੇ ਅਜੇ ਤੱਕ ਤਾਂ ਸੰਗੋ ਉਤਰਦੀ ਨਹੀਂ ਕੱਲ ਨੂੰ ਪੁਲਿਸ ਇਹਨੂੰ ਸਾਬਤ ਕਿਦਾਂ ਕਰਦੀ ਹੈ ਅਦਾਲਤ ਵਿੱਚ ਜਾ ਕੇ ਪੁਲਿਸ ਦਾ ਕੰਮ ਆ ਆਮ ਲੋਕਾਂ ਦੇ ਵਿੱਚ ਉਸ ਇਲਾਕੇ 'ਚ ਇਹ ਹੋਵੇਗਾ ਕਿ ਗੈਂਗਸਟਰ ਮਾਰਤਾ ਸਰਕਾਰ ਵੀ ਕਹਿੰਦੀ ਗੈਂਗਸਟਰ ਮਾਰਤਾ ਪਰ ਇੱਕ ਮਾਰਤਾ ਨਾ ਇੱਥੇ ਤਾਂ ਗਲੀ ਗਲੀ ਗੈਂਗਸਟਰ ਤੁਰੇ ਫਿਰਦੇ ਨੇ ਜਿਹੜੇ ਸਾਰੇ ਤੁਰੇ ਫਿਰਦੇ ਨੇ ਰਾਜਨੀਤਿਕ ਪਨਾਹ ਤੋਂ ਬਿਨਾਂ ਨਹੀਂ ਤੁਰੇ ਫਿਰਦੇ ਪਾਰਲੀਮੈਂਟ ਦੇ ਵਿੱਚ ਪਿਛਲੀ ਵਾਰੀ ਇਹ 543 ਦੀ ਪਾਰਲੀਮੈਂਟ 'ਚ 183 ਜਾਨੇ ਉਹ ਸਨ ਜਿਨ੍ਹਾਂ ਦਾ ਅਪਰਾਧੀ ਰਿਕਾਰਡ ਸੀ ਤੇ ਐਸ ਵਾਰੀ ਮੋਦੀ ਸਾਹਿਬ ਕਹਿੰਦੇ ਸਨ ਮੈਂ ਪਾਰਲੀਮੈਂਟ ਕਲੀਨ ਕਰ ਦੇਣੀ ਹੈ ਨਵੀਆਂ ਚੋਣਾਂ 'ਚ 183 ਦੇ ਬਜਾਏ 233 ਯਾਨੀ 50 ਹੋਰ ਅਪਰਾਧੀ ਵਧ ਗਏ ਜੇ ਪਾਰਲੀਮੈਂਟ 'ਚ ਅਪਰਾਧੀ ਵਧ ਰਹੇ ਨੇ ਤੇ ਥੱਲੇ ਕੋਈ ਵਿਕਾਸ ਦੁਬੇ ਹੋਵੇ ਕੋਈ ਹੋਰ ਹੋਵੇ ਇਦਾਂ ਦੇ ਇਕਾ ਦੁੱਕਾ ਮਾਰਿਆਂ ਗੱਲ ਨਹੀਂ ਬਣਨ ਲੱਗੀ ਅਸਲ ਗੱਲ ਇਹ ਆ ਕਿ ਇਹਦੇ ਵਿੱਚ ਸਾਰੇ ਦੇਸ਼ ਦੇ ਵਿੱਚ ਅਪਰਾਧ ਦੇ ਪੱਖ ਤੋਂ अपराधीया ਦੇਤੇ ਸਿਆਸਤ ਦੇ ਗਠਜੋੜ ਦੇ ਪੱਖ ਤੋਂ ਇੱਕ ਕਲੀਨ ਅਪ ਆਪਰੇਸ਼ਨ ਚਲਾਉਣਾ ਪਵੇਗਾ ਇੱਕ ਪੂਰੀ ਮੁਹਿੰਮ ਚਲਾਉਣੀ ਪਵੇਗੀ ਸਫਾਈ ਦੀ ਨਹੀਂ ਤਾਂ ਇਹ ਦੇਸ਼ ਮੁੜ ਮੁੜ ਕੇ ਇਹੋ ਜੇ ਦੁਖਾਂਤ ਭੁਗਦਾ ਰਹੇ ਦੋਸਤੋ ਗੱਲ ਕਰਦੇ ਹਾਂ ਪੰਜਾਬ ਦੀ ਸਿਆਸੀ ਹਲਚਲ ਦੀ ਸਖਦੇਵ ਸਿੰਘ ਢੀਟਸਾ ਹੋਰ ਨੇ ਨਵਾਂ ਅਕਾਲੀ ਦਲ ਬਣਾ ਕੇ ਸਿਆਸੀ ਸਰਗਰਮੀਆਂ ਦੇ ਵਿੱਚ ਤੇਜ਼ੀ ਲਿਆਉਂਦੀ ਹੈ ਲੇਕਿਨ ਅਸੀਂ ਜਾਣਦੇ ਹਾਂ ਕਿ ਵਕ ਵਕ ਪਾਰਟੀਆਂ ਤੋਂ ਟੁੱਟ ਕੇ ਜਿਹੜੇ ਲੀਡਰ ਨਵੀਆਂ ਪਾਰਟੀਆਂ ਦਾ ਗਠਨ ਕਰਦੇ ਨੇ ਪਉ ਨਵੀਆਂ ਪਾਰਟੀਆਂ ਕੋਈ ਬਹੁਤੀਆਂ ਕਾਮਜਾਬ ਹੁੰਦੀਆਂ ਨਜ਼ਰ ਨਹੀਂ ਆਈਆਂ ਇਹ ਪਿੱਛੇ ਵੀ ਆਪਾਂ ਨਜ਼ਰ ਮਾ ਸਕਦੇ ਹਾਂ ਤਾਂ ਬੰਦ ਸਾਹਿਬ ਇਹਦੇ 'ਚ ਕਹਿ ਸਕਦੇ ਆ ਕਿ ਢੀਂਸਾ ਸਾਹਿਬ ਆਪਣੇ ਬਲ ਬੂਤੇ ਤੇ ਇਹ ਸਾਰਾ ਕੁਝ ਕਰ ਰਿਹਾ ਜਾਂ ਉਹਨਾਂ ਦੇ ਪਿੱਛੇ ਕੋਈ ਤਾਕਤ ਹੈ ਨਹੀਂ ਦੇਖੋ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਰਾਨੇ ਬਾਕੀ ਪਾਰਟੀ ਸਾਰੀ ਨੂੰ ਛੱਡਿਆ ਜੀ ਤੇ 1994 'ਚ ਅਕਾਲ ਤਖਤ ਦੇ ਜਹੇਦਾਰ ਨੇ ਆਖਿਆ ਸੀ ਸਾਰੇ ਇੱਕ ਅਕਾਲੀ ਦਲ ਬਣਾ ਲਓ ਬਾਕੀ ਸਾਰੇ ਮੰਨ ਗਏ ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਮੈਂ ਨਹੀਂ ਮੰਨਦਾ ਉਹ ਵੱਖਰਾ ਹੋਇਆ ਸੀ ਉਹਨੇ ਵੀ ਤੇ ਪਾਰਟੀ ਬਣਾਈ ਇਹ ਵੇਖਣਾ ਅਕਾਲੀ ਵਰਕਰਾਂ ਨੇ ਕਿ ਉਹ ਬਾਦਲ ਨਾਲ ਰਹਿੰਦੇ ਆ ਜਾਂ ਸੁਖਦੇਵ ਸਿੰਘ ਟਿੰਡਸਾ ਨਾਲ ਜਾਂਦੇ ਆ ਬਾਕੀ ਪਾਰਟੀਆਂ ਜਦੋਂ ਬਣਦੀਆਂ ਸੀ ਇੱਕ ਨਵਾਂ ਨਾਂ ਰੱਖਦੀਆਂ ਸੀ ਸੁਖਦੇਵ ਸਿੰਘ ਟਿੰਡਸਾ ਨੇ ਨਵਾਂ ਨਾਂ ਨਹੀਂ ਰੱਖਿਆ ਉਹਨੇ ਆਖਿਆ ਜੀ ਮੇਰਾ ਵੀ ਸ਼੍ਰੋਮਣੀ ਅਕਾਲੀ ਦਲ ਉਹ ਵੀ ਉਹਨਾਂ ਦਾ ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਬਹਾਲ ਕਰਨ ਵਾਸਤੇ ਬਣਾਇਆ ਜੇ ਲੋੜ ਪਈ ਕੱਲ ਨੂੰ ਰਜਿਸਟ੍ਰੇਸ਼ਨ ਮਿਲੇ ਤੇ ਅਕਾਲੀ ਦਲ ਡੈਮੋਕਰੇਟਿਕ ਵੀ ਹੋ ਸਕਦਾ ਉਹ ਪਾਈ ਹੋਵੇਗੀ ਡੀ ਇਹ ਡੀ ਤੋਂ ਡੈਮੋਕ੍ਰੈਟਿਕ ਕਹਣਗੇ ਲੋਕੀ ਡੀ ਤੋਂ ਢੀਂਡਸਾ ਆਖਣਗੇ ਉਹ ਵੀ ਤੇ ਡੀ ਨਾਲ ਹੀ ਬਣਦਾ ਇਸ ਕਰਕੇ ਉਹ ਕੱਲ ਨੂੰ ਕੀ ਬਣਦਾ ਇਹ ਪਤਾ ਨਹੀਂ ਐਸ ਵੜੇ ਇਹ ਆ ਕਿ ਉਹਨੇ ਇੱਕ ਚੁਣੌਤੀ ਪੇਸ਼ ਕਰ ਦਿੱਤੀ ਆ ਜਿਹੜੇ ਸੁਖਵੀਰ ਸਿੰਘ ਬਾਦਰੋਆ ਨੇ ਆਖਿਆ ਕਿ ਸੁਖਦੇਵ ਸੋ ਢੀਂਡਸਾ ਨੇ ਜੋ ਕੀਤਾ ਇਹਨਾਂ ਦੀ ਪਾਰਟੀ ਨੇ ਆਖਿਆ ਇਹ ਕਹਿੰਦੇ ਜੀ ਢੀਂਡਸੇ ਨੇ ਕਾਂਗਰਸ ਦੀ ਸ਼ਾਹ ਤੇ ਡਰਾਮਾ ਕੀਤਾ ਢੀਂਡਸਾ ਕਹਿੰਦਾ ਕਾਂਗਰਸ ਨਾਲ ਤੁਸੀਂ ਰਲੇ ਹੋ ਪਰ ਇਹ ਦੋਵੇਂ ਤਰ੍ਹਾਂ ਕਾਂਗਰਸ ਨਾਲ ਦੇ ਰਲੀਆਂ ਅਸਲ ਗੱਲ ਇਹ ਆ ਕਿ ਦੋਵਾਂ ਦੀ ਖੇਡ ਹੈ ਕਿ ਸਾਡੇ ਚੋਂ ਜਿਹੜਾ ਵੀ ਵੱਡਾ ਹੋਇਆ ਅਗਲੀਆਂ ਚੋਣਾਂ 'ਚ 2022 'ਚ ਭਾਜਪਾ ਦੋਵਾਂ ਦੀ ਖੇਡ ਇਹ ਆ ਕਿ ਦਿੱਲੀ ਤੱਕ ਪਹੁੰਚ ਦੇ ਵਿੱਚ ਦੂਸਰੇ ਨੂੰ ਕਿਹੜਾ ਪਛੜ ਕੇ ਅੱਗੇ ਨਿਕਲ ਜਾਂਦਾ ਉਸ ਪਹੁੰਚ ਦੇ ਚੱਕਰ ਚ ਆਪਸੀ ਮੁਕਾਬਲੇ ਚ ਇਹਨਾਂ ਨੇ ਕਰਨਾ ਹੈ ਕਿ ਅਕਾਲੀ ਦਰ ਕਮਜ਼ੋਰ ਹੋਵੇਗਾ ਭਾਜਪਾ ਵਾਲਿਆਂ ਨੇ ਕੱਲ ਕਹਿਤਾ ਕਿ ਹੁਣ ਤੱਕ ਤੁਸੀਂ ਵੱਡੇ ਭਾਈ ਸੀ ਤੇ ਤੁਹਾਡੀਆਂ ਸੀਟਾਂ ਦਿੱਤੀਆਂ 23 ਅਸੀਂ ਲੈਂਦੇ ਸਾਂ ਉਹ 23 ਕਹ ਲੋ ਜਾਂ 2 3 ਕਹ ਲੋ ਹੁਣ ਉਹ ਕਹਿੰਦੇ ਜੀ ਅਗਲੀਆਂ ਚੋਣਾਂ ਚ ਅਸੀਂ ਤੁਹਾਡੀਆਂ ਦਿੱਤੀਆਂ ਸੀਟਾਂ ਲਵਾਂਗੇ ਨਹੀਂ ਤੁਹਾਡੇ ਲਈ ਕੋਟਾ ਅਸੀਂ ਕੱਢਾਂਗੇ ਅੱਗੇ ਸਾਡੇ ਲਈ ਤੁਸੀਂ ਤੈਅ ਕਰਦੇ ਸੀ ਕਿ ਫਲਾਨੀ ਫਲਾਨੀ ਸੀਟ ਤੁਹਾਨੂੰ ਦੇਣੀ ਆ ਤੇ ਦੂਜੀ ਨਾ ਮੰਗਿਓ ਹੁਣ ਅਸੀਂ ਕੋਟਾ ਵੀ ਤੁਹਾਡਾ ਤੈਅ ਕਰਾਂਗੇ ਤੇ ਇਹ ਵੀ ਅਸੀਂ ਸੋਚਾਂਗੇ ਕਿ ਆ ਸੀਟਾਂ ਤੁਹਾਨੂੰ ਦੇਣੀਆਂ ਤੁਸੀਂ ਫੈਸਲਾ ਕਰਨ ਦੀ ਪੋਜੀਸ਼ਨ 'ਚ ਨਹੀਂ ਰਹੇਗੇ। ਢੀਂਡ ਸੇ ਦੇ ਇਸ ਕਾਲੀਦਰ ਬਣਨ ਨਾਲ ਪੰਜਾਬ ਦੀ ਰਾਜਨੀਤੀ 'ਚ ਇੱਕ ਸਿਫਤੀ ਮੋੜ ਆ ਗਿਆ ਜਿਹੜਾ ਪਹਿਲਾਂ ਨਹੀਂ ਸੀ ਹੁੰਦਾ। ਜੀ। ਤੇ ਦੋਸਤੋ ਚੱਲਦੇ-ਚੱਲਦੇ ਗੱਲ ਕਰਾਂਗੇ ਪਾਕਿਸਤਾਨ ਦੇ ਵਿੱਚ ਇੱਕ ਬੜਾ ਹੈਰਾਨੀਜਨਕ ਸਕੈਂਡਲ ਸਾਹਮਣੇ ਆਇਆ 28 ਪਾਇਲਟ ਜਿਹੜੇ ਨੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਰੱਦ ਇਸ ਕਰਕੇ ਕੀਤੇ ਗਏ ਨੇ ਕਿ ਉਹ ਉਹਨਾਂ ਦੇ ਲਾਇਸੈਂਸ ਜਾਲੀ ਸੰਗ ਤੋ ਪਰ ਜੀ ਸਾਹਿਬ ਜਾਲੀ ਲਾਇਸੈਂਸ ਦੇ ਉੱਪਰ ਹੀ ਉਹ ਜਹਾਜ਼ ਅਡਾਉਂਦੇ ਰਹੇ ਕੀ ਕਹੋਗੇ ਬਹੁਤ ਵੱਡਾ ਸਕੈਂਡਲ ਹੈ ਦੋ ਤਿੰਨ ਹਫ਼ਤੇ ਪਹਿਲਾਂ ਉੱਥੇ ਕਰਾਚੀ ਵਿੱਚ ਇੱਕ ਹਵਾਈ ਹਾਦਸਾ ਹੋਇਆ ਸੀ ਉੱਥੋਂ ਪੜਤਾਲ ਚੱਲੀ ਪਤਾ ਲੱਗਾ ਪਾਇਲਟਾਂ ਦੇ ਲਾਇਸੈਂਸ ਜਾਲੀ ਨੇ ਕਤਰ 에ਅਰਵੇਜ਼ ਦੇ ਕੋਲ ਪਾਕਿਸਤਾਨੀ ਪਾਇਲਟ ਸਰਨ ਉਹਨਾਂ ਨੇ ਸਾਰਿਆਂ ਨੂੰ ਆਖਿਆ ਦੌੜ ਜਿਓ ਤੁਹਾਡੀ ਜਦ ਤੱਕ ਜਾਂਚ ਨਹੀਂ ਦੀ ਮੁੜਿਓ ਨਾ ਫਿਰ ਯੂਏਈ ਨੇ ਕਿਹਾ ਫਿਰ ਵੀਅਤਨਾਮ ਨੇ ਆਪਣੇ ਕੋਲ ਜਿਹੜੇ ਪਾਕਿਸਤਾਨੀ ਪਾਇਲਟ ਸੀ ਕੱਢਤੇ ਫਿਰ ਪਾਕਿਸਤਾਨ ਦੀ ਆਪਣੀ ਇੰਟਰਨੈਸ਼ਨਲ 에ਅਰਲਾਈਨ ਪੀਆਈਏ ਨੇ 262 ਪਾਇਲਟਾਂ ਦੇ ਕੰਮ ਕਰਨ ਤੇ ਰੋਕ ਲਾਤੀ ਕਿ ਤੁਹਾਡੀ ਪੜਤਾਲ ਚੱਲਦੀ ਹੈ ਪਰ ਸੋ ਉਨ੍ਹਾਂ ਨੇ 28 ਪਾਇਲਟ ਇਹ ਕਹਿ ਕੇ ਨੌਕਰੀ ਤੋਂ ਕੱਢ ਦਿੱਤੇ ਆ ਕਿ ਤੁਹਾਡੇ ਲਾਇਸੈਂਸ ਜਾਲੀ ਆ ਬਿਨਾ ਟ੍ਰੇਨਿੰਗ ਤੋਂ ਝੂਠੇ ਬਣਾ ਕੇ ਤੁਸੀਂ ਜਹਾਜ਼ ਉਡਾਣ ਦੇ ਪੈ ਜੇ ਹੁਣ 11 ਕਿਲੋਮੀਟਰ ਉਚਾਈ ਦੇ ਉੱਤੇ ਜਹਾਜ਼ ਉੱਡਦਾ ਹੋਵੇ 350 ਮਸਾਫਰ ਵਿੱਚ ਬੈਠੇ ਹੋਣ ਤੇ ਅੱਗੇ ਬੈਠਾ ਹੋਵੇ ਕੋਈ ਠੱਗ ਚਲਾਉਣ ਵਾਸਤੇ ਤੇ ਉਹਨਾਂ ਦੀ ਜਾਨ ਖਤਰੇ 'ਚ ਆ ਕੱਲ ਅਮਰੀਕਾ ਦੇ ਜਿਹੜੇ ਸਿਵਲ 에ਵੀਏਸ਼ਨ ਡਿਪਾਰਟਮੈਂਟ ਹੈ ਆ ਉਹਨਾਂ ਨੇ ਪਾਕਿਸਤਾਨ ਦੀਆਂ ਸਾਰੀਆਂ 에ਅਰਲਾਈਨਸ ਦੇ ਉੱਤੇ ਔਰ ਜਿਹੜੀਆਂ 에ਅਰਲਾਈਨਸ ਦੇ ਵਿੱਚ ਕੋਈ ਪਾਕਿਸਤਾਨੀ ਪਾਇਲਟ ਉਹਨਾਂ ਸਾਰਿਆਂ ਤੇ ਪਾਬੰਦੀ ਲਾਤੀ ਹੈ ਯੂਰਪੀ ਯੂਨੀਅਨ ਦੇ 28 ਦੇਸ਼ ਨੇ ਉਹਨਾਂ ਯੂਰਪੀ ਯੂਨੀਅਨ ਨੇ ਆਪਣੇ 28 ਦੇਸ਼ਾਂ ਚ ਇਹ ਕਹਿਤਾ ਕਿ ਪਾਕਿਸਤਾਨ ਤੋਂ ਆਈ ਕੋਈ ਵੀ 에ਅਰਲਾਈਨ ਜਿਹੜੀ ਆ ਉਹਦਾ ਕੋਈ ਵੀ ਫਲਾਈਟ ਜਿਹੜੀ ਆ ਇੱਥੇ ਉਤਰਨ ਨਹੀਂ ਦੇਣੀ ਔਰ ਨਾਲ ਦੀ ਨਾਲ ਇਹ ਆ ਕਿ ਕਿਸੇ ਵੀ 에ਅਰਲਾਈਨ ਦੇ ਕੋਲ ਕੋਈ ਪਾਕਿਸਤਾਨੀ ਪਾਇਲਟ ਆ ਤੇ ਉਹਦਾ ਜਹਾਜ਼ ਇੱਥੇ ਉਤਰਨ ਨਹੀਂ ਦੇਣਾ ਵਾਪਸ ਮੋੜ ਕੇ ਭੇਜ ਦਿਓ ਇੱਕ ਜਹਾਜ਼ ਸ਼ਾਇਦ ਮੋੜ ਕੇ ਵੀ ਭੇਜਿਆ ਉਤਰ ਨਹੀਂ ਦਿੱਤਾ ਗਿਆ ਉਹਨੂੰ ਉਸੇ ਤਰ੍ਹਾਂ ਹੀ ਮੋੜ ਦਿੱਤਾ ਗਿਆ ਉਹ ਕਹਿੰਦੇ ਜੀ ਇਹਦੇ ਨਾਲ ਮੁਸਾਫਰਾਂ ਦੀ ਜਾਨ ਨੂੰ ਵੀ ਖਤਰਾ ਤੇ ਥੱਲੇ ਜਿਹੜੇ ਲੋਕ ਨੇ ਜੀ ਉਹਨਾਂ ਤੇ ਡਿੱਗ ਪਏ ਤੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਉਹਦਾ ਕਰਕੇ ਹੁਣ ਪਾਕਿਸਤਾਨ ਜਿੱਡਾ ਵੱਡਾ ਐਸੋਲੇ ਜਾਲੀ ਪਾਇਲਟ ਲਾਇਸੈਂਸਾਂ ਸਕੰਡ ਲਾਇਆ ਅੱਜ ਤੱਕ ਕਦੇ ਕਿਤੇ ਆਇਆ ਹੀ ਨਹੀਂ ਦੁਨੀਆ ਭਰ ਦੇ ਵਿੱਚ ਵੀ ਇੱਕੋ ਇੱਕ ਮਿਸਾਲ ਪਾਕਿਸਤਾਨ ਬਣ ਗਿਆ ਪਰ ਨੇਕੀ ਦੀ ਨਹੀਂ ਬਦਨਾਮੀ ਦੀ ਇੰਨੀ ਬਦਨਾਮੀ ਜਿਹੜੀ ਆ ਕਿੰਨੇ ਹੋਰ ਕਿਸੇ ਦੇ ਪੱਲੇ ਨਹੀਂ ਪਈ ਜਿੰਨੀ ਪਾਕਿਸਤਾਨ ਦੇ ਪੈਕੇ ਅ ਦੋਸਤੋ ਹਫਤਾਵਾਰ ਗਤੀਵਿਧੀਆਂ ਤੇ ਸਮੀਖਿਆ ਤੇ ਆਧਾਰਿਤ ਇਸ ਪ੍ਰੋਗਰਾਮ ਨੂੰ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਅਗਲੇ ਹਫਤੇ ਮੁੜ ਨਵੀਆਂ ਤੇ ਤਾਜ਼ੀਆਂ ਗਤੀਵਿਧੀਆਂ ਦੇ ਉੱਪਰ ਚਰਚਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਪੰਨੂ ਸਾਹਿਬ ਤੁਹਾਡਾ ਧੰਨਵਾਦ